आलू ले गोभी ले हरा धनिया ले टमाटर ले पाई टुटिया पुराना लोहा खाली अजिए पौए बोरिया बोतलां बेच लो पाई कट्टी छोटी मज बेच लो MP3 VCD-ਆਂ फौजी दी फैमिली 423 फैमिली छड़ां दी सुपर हिट फिल्मा नजारे नंबर वन नानक नाम चढ़दी करा लो मुंडियो ओहो देख तेरे बुढ़े दा मरना किथे है ओकरू है किथे गोभी आलू किथे मज कट्टी है बिया जी तो नाले कहने सी तू बाहर नु गुजड़ गया थी दुबई नु ओ तू ता देबो चिचकरा कर दियां केड़ी दुबई ओ मेरे नाल ता धोखा हो गया धोखा ਕਾਲਾ ਧੋਖਾ ਉਹ ਦਿੱਲੀ ਤੋਂ ਚੜਾ ਕੇ ਜਦੋਂ ਸਾਨੂੰ ਤਾਰਿਆ ਅੱਛਾ ਮੈਂ ਆਖਿਆ ਲੈ ਬਈ ਜੀਤ ਸਿਆ ਤੇਰਾ ਤਾਂ ਪੱਕਾ ਪੈਂਚਰ ਲੱਗ ਗਿਆ ਉਹ ਮੈਂ ਇੱਕ ਦੁਕਾਨ ਵਾਲੇ ਨੂੰ ਪੁੱਛਿਆ ਭਾਈ ਸਾਹਿਬ ਜੇ ਕੋਕਾ ਕੋਲਾ ਕਿਤਨੇ ਕਾ ਹੈ ਮੈਨੂੰ ਕਹਿੰਦਾ 10 ਰੁਪਏ ਦਾ ਮੈਂ ਕਿਹਾ ਚਾਏ ਕਾ ਕੱਪ ਕਿਤਨੇ ਕਾ ਹੈ ਮੈਨੂੰ ਕਹਿੰਦਾ 3 ਰੁਪਏ ਦਾ ਮੈਂ ਆਖਿਆ ਜੇ ਕੌਣ ਸੀ ਕੰਟਰੀ ਹੈ ਉਹ ਮੈਨੂੰ ਕਹਿੰਦਾ ਅੰਮ੍ਰਿਤਸਰ ਉਹ ਮੈਂ ਕਿਹਾ ਹਮਾਰੇ ਵੀ ਵਹਾਂ ਅੰਮ੍ਰਿਤਸਰ ਹੈ ਬਹੁਤ ਅੱਛਾ ਗੁਰਦੁਆਰਾ ਹੈ ਵਹਾਂ ਪੇ ਉਹ ਮੈਨੂੰ ਕਹਿੰਦਾ ਆਤੀ ਗੁਰਦੁਆਰਾ ਇੱਥੋਂ 5 ਰੁਪਏ ਲੈਂਦਾ ਆਟੋ ਵਾਲਾ ਉਹ ਮੈਂ ਆਖਿਆ ਜੀਤ ਝੋਰਾ ਜੂਤਾ ਪੱਟਿਆ ਗਿਆ ਉਹ ਮੈਂ ਤਾਂ 6 ਮਹੀਨੇ ਬਸ਼ਰਮੀ ਦਾ ਮਾਰਾ ਗੁਰਦੁਆਰੀ ਬੈਠਾ ਰਿਹਾ ਜੇ ਕਿਤੇ ਮੈਨੂੰ ਜੰਟ ਮਿਲ ਜੇ ਨਾ ਪਹਿਲਾਂ ਤਾਂ ਮੈਂ ਲਾਵਾਂ ਉਹਨੂੰ ਗੋਡਿਆ ਹੇਠਾਂ ਅਤੇ ਲੈ ਲਾ ਜੀ ਭਾਈ ਨਾਲ ਫੇਰੇ ਮੈਂ ਮੱਛੀਆਂ ਤੇਰਾ ਤਾਂ ਖਾਸਾ ਪੈਸਾ ਖਰਾਬ ਹੋ ਗਿਆ ਹੋਊਗਾ ਜੀਤ ਹੋਰ ਮੇਰੀ ਤਾਂ ਪੈਂਚਰ ਵਾਲੀ ਦੁਕਾਨ ਦੀ ਜਿਹੜੀ ਉਹ ਵੀ ਵਿਕ ਗਈ ਉਹ ਮੇਰਾ ਸਾਰਾ ਜੰਟ ਮੇਰੇ ਨਾਲ ਠੱਗੀ ਮਾਰ ਗਿਆ ਜੀ ਨਿਕਲ ਜੇ ਕੁੜੀ ਇਹਦੀ ਜੀਤ ਐਵੇਂ ਲੋਕ ਬਾਹਰ ਨੂੰ ਪੂੰਛ ਚੱਕੀ ਫਿਰਦੇ ਨੇ ਇੱਥੇ ਵਰਗੀ ਮੌਜ ਆ ਭਲਾ ਕਿਤੇ ਆਹ ਸੁਖਦੇਵ ਫੌਜੀ ਨੇ ਬਾਹਰ ਦੇ ਚੱਕਰ 'ਚ ਸਾਰਾ ਡੰਗਰ ਬੱਚਾ ਵੇਚਤਾ ਸੀ ਹੁਣ ਆਹ ਫਿਰਦਾ ਇੱਥੇ ਧੱਕੇ ਖਾਂਦਾ ਮੈਂ ਮੱਚ ਗਿਆ ਮੈਂ ਤਾਂ ਕਹਿੰਦੇ ਬੁਢੇਰੇ ਮੁੰਡੇ ਦੇ ਭੋਗ 'ਤੇ ਜਾਣਾ ਸੀ ਇੱਥੇ ਫਿਰਦੇ ਧੱਕੇ ਖਾਂਦੇ ਗਲੀਆਂ ਸੁਣੀਆਂ ਕਰਕਿਆ ਮੇਰਿਆ ਸਗਿਆ ਬਣੋਈਆ ਉਹ ਚੰਗਾ ਹੋ ਗਿਆ ਜਾਂਦਾ ਸਾਡੇ ਦੇ ਪੈਸੇ ਖਰਚ ਕਰ ਗਿਆ ਨਹੀਂ ਤਾਂ ਉਹ ਵੀ ਨਾਲ ਲੈ ਜਾਂਦਾ ਹੈ ਲੱਕ ਤੋੜ ਗਿਆ ਵੇ ਲੱਡੂ ਪਰਾਉਣਿਆ ਜੋਰੇ ਨੂੰ ਬੁਲਾ ਦਿਓ ਮੈਂ ਉਹਨਾਂ ਨੂੰ ਕਹਾਂ ਮੇਰੇ ਜਵਾਕਾਂ ਦਾ ਖਿਆਲ ਰੱਖਣਗੇ ਮੈਨੂੰ ਮੂੰਹ ਤਾਂ ਵਿਖਾ ਦੇ ਮੇਰੇ ਸਿਓ ਦੇ ਪੁੱਤਰਾ ਤੇਰੀ ਲਾਸ਼ ਨੂੰ ਕੁੱਤੇ ਖਾ ਕੇ ਹੋਏ ਲੱਡੂ ਆਇਓ ਮੇਰੀ ਭੈਣ ਦੂਜੀ ਵਾਰੀ ਰੰਡੀ ਹੋ ਗਈ ਓਏ ਉਹ ਦੁੱਧ ਚ ਪੱਤੀ ਪਾ ਕੇ ਲਿਆ ਦੇ ਮੈਂ ਤੂੰ ਤਾਂ ਰੋਇਆ ਵੀ ਨਹੀਂ ਜਾਂਦਾ ਭੈਣੇ ਓਏ ਤੂੰ ਮੈਨੂੰ ਦੱਸ ਕੇ ਤਾ ਜਾਂਦਾ ਕੋਈ ਨਹੀਂ ਭਾਬੀ ਹੌਸਲਾ ਰੱਖ ਭਾਬੀ ਮੈਂ ਕਿਹਦੇ ਆਸਰੇ ਦੇ ਨਹੀਂ ਸੁੱਟੂਗੀ ਬਾਪੂ ਤੁਮੀ ਦਿਮਾਗ ਤੇ ਵਜੇ ਨਾ ਪਾਈ ਬਾਪੂ ਪਰਵਾਹ ਨਾ ਮੰਨੀ ਮੈਂ ਹੈਗਾ ਤੇਰਾ ਸ਼ੇਰ ਪੁੱਤ ਬਾਪੂ ਤੂੰ ਹੌਸਲਾ ਰੱਖ ਬਾਪੂ ਤੂੰ ਬਾਪੂ ਤੂੰ ਬਾਪੂ ਤੈਨੂੰ ਕੀ ਹੋਈ ਜਾਂਦਾ ਤੂੰ ਬਾਪੂ ਤੂੰ ਹੌਸਲਾ ਰੱਖ ਬਾਪੂ ਕੁਛ ਨਹੀਂ ਹੋਇਆ ਮੈਨੂੰ
ਇਹੋ ਜਿਹੇ 2900 ਮਰਦੇ ਆ। ਸੋਹਣਾ ਕਲੇਸ਼ ਮੂਹਰੇ ਆ ਗਿਆ। ਲੈਣ ਦੇਣ ਦੇ ਟਾਂਟੇ ਮੁੱਕੇ
ਲੈਣ ਦੇਣ ਦੇ ਟਾਂਟੇ ਮੁੱਕੇ, ਦੁੱਖ ਟੁੱਟ ਗਏ ਸਾਰੇ ਨੇ। ਪੂਤਾਂ ਬਣ ਕੇ ਵੇਖੋ ਪੂਤਾਂ ਨੂੰ ਬੜੇ ਨਜ਼ਾਰੇ ਨੇ, ਪੂਤਾਂ ਬਣ ਕੇ ਵੇਖੋ ਪੂਤਾਂ ਨੂੰ ਬੜੇ ਨਜ਼ਾਰੇ ਨੇ। ਚਿਤ੍ਰਗੁਪਤ, ਇਹਦੀ ਕੁੰਡਲੀ ਵੇਖੋ, ਇਹਨੇ ਕੋਈ ਚੰਗਾ ਕੰਮ ਕੀਤਾ ਕਿ ਨਹੀਂ? ਬੜੇ ਚੰਗੇ ਕੰਮ ਕੀਤੇ ਨੇ ਮਹਾਰਾਜ। ਜਨਾਨੀਆਂ ਘਰੇ ਪੱਠੇ ਸੁੱਟ ਕੇ ਭੁੱਖੇ ਜਾਨਵਰਾਂ ਦਾ ਢਿੱਡ ਭਰਿਆ, ਗਰੀਬਾਂ ਦੇ ਘਰੇ ਆਟਾ ਪਿਹਾ ਕੇ ਸੁੱਟਿਆ। ਜਿਹੜੀ ਜਨਾਨੀ ਨੂੰ ਅੱਜ ਤਾਈਂ ਕਿਸੇ ਨੇ ਛੇੜਿਆ ਨਹੀਂ, ਉਹ ਛਿੜਨ ਨੂੰ ਤਰਸਦੀ ਰਹੀ, ਉਸ ਨੂੰ ਇਸ ਪੁਰਸ਼ ਨੇ ਛੇੜਿਆ। ਚਮੁੰਡਾ, ਸੋਰੀ ਮਹਾਰਾਜ, ਇਸ ਨੇ ਕਿਸੇ ਦਾ ਹੋਰ ਵੀ ਭਲਾ ਕੀਤਾ? ਹਾਂ ਮਹਾਰਾਜ, ਇਹ ਸਿੱਧਾ ਸਾਦਾ ਬੰਦਾ ਹੈ, ਦਿਲ ਦਾ ਸਾਫ ਹੈ, ਉੱਠ ਖਾਣਾ ਇਹਦਾ ਜਮਾਂਦਰੂ ਪੈਸਾ। ਇਸ ਨੇ ਕਦੇ ਨਿਹੱਤੇ ਤੇ ਵਾਰ ਨਹੀਂ ਕੀਤਾ, ਸਗੋਂ ਨਿਹੱਤੇ ਤੋਂ ਆਪ ਛਿੱਤਰ ਖਾਦੇ ਨੇ। ਠੀਕ, ਇਹਨੇ ਆਮ ਜ਼ਿੰਦਗੀ ਨਾਲੋਂ ਸੁਪਨੇ ਚ ਵਾਧੂ ਗੰਦ ਪਾਇਆ, ਤੇ ਇਸਨੇ ਆਪਣੇ ਪਿਤਾ ਸ਼੍ਰੀ ਕੈਲੇ ਬੁੜੇ ਨੂੰ ਗਾਲਾਂ ਕੱਢੀਆਂ ਤੇ ਉਸਦੇ ਹੱਥ ਵੀ ਚੁੱਕਿਆ ਮਹਾਰਾਜ। ਇੱਕ ਵਾਰੀ ਇਸਨੇ ਆਪਣੇ ਪਿਤਾ ਸ਼੍ਰੀ ਨੂੰ ਮਹਾਰਾਜ ਮਾਰਨ ਦੀ ਨਾਕਾਮ ਕੋਸ਼ਿਸ਼ ਕੀਤੀ, ਉਸ ਨੂੰ ਨਹਿਰ ਵਿੱਚ ਸੁੱਟਿਆ, ਪਰ ਉਹ ਨਹਿਰ ਸੁੱਕੀ ਸੀ ਮਹਾਰਾਜ। ਇਸ ਦਾ ਲੇਖਾ ਜੋਖਾ ਕੀਤਾ ਜਾਏ ਤੇ ਇਹਨੂੰ ਸਜ਼ਾ ਦਿੱਤੀ ਜਾਵੇ। ਜੀ ਮਹਾਰਾਜ, ਮਹਾਰਾਜ ਇਸ ਨੂੰ 3 ਮਹੀਨੇ ਸਵਰਗ ਤੇ 5 ਦਿਨਾਂ ਲਈ ਨਰਕ ਵਿੱਚ ਭੇਜ ਦਿੱਤਾ ਜਾਵੇ। ਆਪਣੇ ਅਸੂਲਾਂ ਦੇ ਮੁਤਾਬਕ ਇਹਨੂੰ ਪਹਿਲਾਂ ਸਵਰਗਾਂ ਚ ਭੇਜਿਆ ਜਾਵੇ ਤੇ ਬਾਕੀ ਕਾਰਵਾਈ ਸਜ਼ਾ ਭੁਗਤਣ ਤੋਂ ਬਾਅਦ ਕੀਤੀ ਜਾਏਗੀ। ਚਮੁੰਡਾ, ਓ ਚਮੁੰਡਿਆ, ਓ ਮਹਾਰਾਜਾ, ਜਿੱਥੇ ਨਜ਼ਾਰੇ ਹੋਣ ਮੈਨੂੰ ਤਾਂ ਉੱਥੇ ਤੋਰੀ ਸਮਝ ਗਿਆ। ਓ ਲੈ ਜਾਓ ਇਹਨੂੰ ਇੱਥੋਂ, ਓ ਨਜ਼ਾਰੇ ਚਮੁੰਡਾ। ਜੀ ਮਹਾਰਾਜ, ਅਗਲਾ ਸੱਜਣ ਫੌਜੀ ਪੁੱਤਰ ਗੁਰਦਿਆਲ ਸਿੰਘ ਵਾਸੀ ਕਕਰਾਲਾ ਹਾਜ਼ਰ ਹੋਏ। ਸਭ ਦੇ ਦਿਲ ਤੇ ਛਾਉਂਦੀ ਮਾਈ, ਘਰ ਚ ਕਲੇਸ਼ ਮਿਟਾਉਂਦੀ ਮਾਈ, ਘਰ ਚ ਕਲੇਸ਼ ਮਿਟਾਉਂਦੀ ਮਾਈ, ਘਰ ਚ ਕਲੇਸ਼ ਮਿਟਾਉਂਦੀ ਮਾਈ, ਵਿਛੜੇ ਯਾਰ ਮਲਾਉਂਦੀ ਮਾਈ, ਘਰ ਚੋਂ ਭੂਤ ਭਜਾਉਂਦੀ ਮਾਈ, ਘਰ ਚੋਂ ਭੂਤ ਭਜਾਉਂਦੀ ਮਾਈ, ਘਰ ਚੋਂ ਭੂਤ ਭਜਾਉਂਦੀ ਮਾਈ। ਜੈ ਬੋਲੋ ਜੈ ਬੋਲੋ ਪੁੱਤਰ ਦੀ ਜੈ ਬੋਲੋ, 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 ਜੈ ਬੋਲੋ ਜੈ ਬੋਲੋ ਪੁੱਤਰ ਦੀ ਜੈ ਬੋਲੋ। ਜੇ ਮਾਈ ਕਲਕੱਤੇ ਵਾਲੀ ਤੇਰਾ ਵਾਰ ਨਾ ਜਾਏ ਖਾਲੀ, ਜੇ ਸ਼ੰਭੂ ਢਾ ਦੇ ਕੋਠੇ ਲਾ ਦੇ ਤੰਬੂ। ਹਾਂ ਬਾਈ, ਮਰਨ ਵਾਲੇ ਦੀ ਕਿੰਨੀ ਉਮਰ ਸੀ ਬੱਚਾ? ਉਮਰ ਤਾਂ ਮੇਰੇ ਯਾਦ ਨੀ ਜੀ, ਮੂੰਹ ਜੰਮੇ ਨੂੰ 30 ਸਾਲ ਹੋ ਗਏ ਸੀ। ਮਾਤਾ ਜੀ, ਰਾਤ ਮੇਰਾ ਮੰਜਾ ਮੂੰਹ ਤਾਂ ਮਾਰਤਾ, ਉਹ ਤਾਂ ਮੇਰਾ ਕਾਲ ਹੈ ਕਾਲ, ਮੈਨੂੰ ਕੋਈ ਤਵੀਤ ਬੂਤ ਪਾ ਦੋ ਜੀ, ਮੈਨੂੰ ਨੀ ਛੱਡਦਾ ਉਹ। ਆ ਕੱਲ ਨਾਈਆਂ ਦੀ ਬਹੂ ਗੁਸਲਖਾਨੇ ਚ ਲਾਉਂਦੀ ਸੀ, ਸਾਲਾ ਉਹਨੂੰ ਦੇਖਦਾ ਫਿਰਦਾ ਸੀ। ਅੱਛਾ, ਤਾਂ ਮਰਨ ਵਾਲਾ ਠਰਕੀ ਵੇਲੜ ਨਿਕੰਮਾ ਤੇ ਢੀਠ ਕਿਸਮ ਦਾ ਸੀ। ਹਾਂ ਮਾਈ, ਹਰੇਕ ਤੀਵੀ ਤੋਂ ਚਿੱਤਰ ਖਾਂਦਾ ਸੀ, ਬਾਹਮਣਾਂ ਦੀ ਬਹੂ ਨੇ ਤਾਂ ਥਾਈ ਕੁੱਟਿਆ ਸੀ। ਮਰਿਆ ਕਿਸ ਤਰ੍ਹਾਂ? ਉਹ ਜੀ, ਘਰ ਚ ਚੱਤੋ ਪੈਰ ਕਲੇਸ਼ ਰਹਿੰਦਾ ਸੀ, ਨਹਿਰ ਚ ਗਲੀ ਸੜੀ ਲਾਸ਼ ਮਿਲੀ ਹੈ, ਨਿਸ਼ਾਨੀਆਂ ਤੋਂ ਪਤਾ ਚੱਲਿਆ ਕਿ ਇਹ ਮੇਰੀ ਗੰਦੀ ਲਾਦ ਹੈ। ਅਸੀਂ ਕੀ ਕਰੀਏ ਜੀ, ਫੂਕਤਾ ਭੋਗ ਵੀ ਪਾਤਾ, ਸਾਰੇ ਪਿੰਡ ਚ ਭੜਥੂ ਪਾ ਰੱਖਿਆ, ਜਿਉਂਦੇ ਨੇ ਵੀ ਬਦਨਾਮੀ ਕਰਵਾਈ ਸੀ ਮੇਰੇ ਸਾਲੇ ਨੇ, ਹੁਣ ਮਰ ਕੇ ਵੀ ਨਹੀਂ ਹਟਦਾ, ਠੁੱਡੇ ਮਾਰਦਾ, ਥੱਪੜ ਮਾਰਦਾ, ਪਰ ਦਿੰਦਾ ਕਿਸੇ ਨੂੰ ਨਹੀਂ, ਸਾਨੂੰ ਤਾਂ ਬੜਾ ਡਰ ਲੱਗਦਾ ਜੀ। ਮੈਂ ਤਾਂ ਜੀ ਇਸੇ ਗੱਲੋਂ ਡਰਦਾ, ਨਹਾਉਂਦਾ ਨੀ, ਕਿਤੇ ਮੈਨੂੰ ਨਾ ਦੇਖ ਲੈ। ਸਾਡੇ ਪਿੰਡ ਤਾਂ ਕੋਈ ਡਰਦੀ ਨਹਾਉਂਦੀ ਨੀ ਜੀ। ਫੇਰ ਤਾਂ ਕੋਈ ਚੀਲ ਮਾਰਿਆ ਹਕੀਮ ਕਰੀਮ ਚਮੁੰਡਾ ਹੈ ਨਵਾ। ਪ੍ਰੇਤ ਬਣ ਗਿਆ, ਡਰੋ ਨਾ, ਤੁਹਾਡਾ ਵਾਲ ਨੀ ਬਾਕਾ ਹੋਵੇਗਾ। ਇੱਕ ਸ਼ਰਾਬ ਦੀ ਬੋਤਲ ਮੰਗਦਾ।
ਕਾਲਾ ਕੁੱਕੜ ਮੰਗਦਾ ਹੈ ਤੇ ਸਵਾ ਗਜ ਖੱਦੜ 5100 ਰੁਪਿਆ। ਮੈਂ ਨਹੀਂ ਜਾਂਦੀ ਘਰੇ, ਉਹ ਤਾਂ ਘਰੇ ਬੈਠਾ ਹੋਊਗਾ। ਉਹ ਡਰਨਾ ਬਾਬੀ, ਹੁਣ ਤਾਂ ਇਹ ਕਰਕੇ ਸਾਰੀਆਂ ਪੁੱਠੀਆਂ ਸਿੱਧੀਆਂ ਪਾ ਦੂਗੀ। ਹੈਲੋ ਮਹਾਰਾਜ, ਅਸੀਂ ਤੁਹਾਨੂੰ 10,000 ਰੁਪਏ ਲਿਆ ਦਿੰਦੇ ਹਾਂ, ਰੈਡੀਮੇਡ ਕੱਪੜੇ ਵੀ ਲਿਆ ਦਾਂਗੇ ਖਰੀਦ ਕੇ ਬਾਜ਼ਾਰੋਂ, ਪਰ ਸਾਨੂੰ ਉਹ ਤਪਾਉਂਦਾ ਬਹੁਤ ਹੈ, ਸਾਲਾ ਹੁਣ ਮਰ ਕੇ ਵੀ ਖਿਹੜਾ ਨਹੀਂ ਛੱਡਦਾ, ਪਿਛਲੇ ਜਨਮ ਦਾ ਬੈਰੀ ਬਣ ਗਿਆ ਮੇਰਾ ਤਾਂ। ਹੁਣ ਦੱਸ, ਟੀਵੀ ਦੇਖਦਾ ਸੀ ਲਾਉਂਦਿਆਂ, ਤੈਨੂੰ ਨੰਗਾ ਕਰਕੇ ਅੱਗ ਲਾ ਦੋ, ਪਾਲਕੇ ਨੂੰ ਖਾ ਜਾ। ਦੱਸ ਹੁਣ ਤੰਗ ਕਰੇਗਾ, ਦੱਸ ਤੰਗ ਕਰੇਗਾ ਇਹਨਾਂ ਨੂੰ। ਆ ਵੇਖ, ਬੋਲਿਆ ਯਾਰ ਆਪਾਂ ਨੂੰ ਤਾਂ ਦਿੰਦਾ ਨੀ ਹੈਗਾ। ਇਨਸਾਨਾਂ ਨੂੰ ਨਹੀਂ, ਫਕੀਰਾਂ ਨੂੰ ਦਿਸਦਾ, ਪਸੀਆਂ ਨੂੰ ਦਿਖਦਾ। ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੇ ਪਿੰਡ ਵੱਲੋਂ, ਬਹੁਤ ਵਧੀਆ ਤੁਸੀਂ ਇਹ ਤਾਂ ਕਰਤਾ, ਸਾਡਾ ਛੁਟਕਾਰਾ ਹੋ ਗਿਆ। ਆ ਬੋਲੋ ਸਾਰੇ, ਕਲਕੱਤੇ ਵਾਲੀ ਦੇਵੀ ਦੀ ਜੈ, ਪੁੱਤਰੋ ਮਾਤਾ ਦੀ ਜੈ, ਪੁੱਤਰੋ ਮਾਤਾ ਦੀ ਜੈ, ਪੁੱਤਰੋ ਮਾਤਾ ਦੀ ਜੈ। ਮਹਾਰਾਜ ਮਹਾਰਾਜ, ਅਨਰਥ ਹੋ ਗਿਆ, ਇੱਕ ਪਾਪੀ ਪੁਰਸ਼ ਸਵਰਗਾਂ ਦੀ ਕੰਧ ਟੱਪ ਕੇ ਨਰਕ ਵਿੱਚ ਚਲਾ ਗਿਆ। ਚਮੁੰਡਾ, ਸੋਰੀ ਮਹਾਰਾਜ, ਉਸ ਨੇ ਸਦੀਆਂ ਪੁਰਾਣੇ ਅਸੂਲਾਂ ਦੀ ਉਲੰਘਣਾ ਕੀਤੀ ਹੈ, ਉਸ ਮੂਰਖ ਨੂੰ ਇੱਥੇ ਪੇਸ਼ ਕੀਤਾ ਜਾਏ। ਮੁਜਰਮ ਰੂਪ ਪੁੱਤਰ ਕੈਲਾ ਬੜਾ ਵਾਸੀ ਈਲਵਾਲ ਜ਼ਿਲ੍ਹਾ ਸੰਗਰੂਰ ਹਾਜ਼ਰ ਹੋ। ਹਾਂ ਬਈ ਮਹਾਪਾਪੀ ਪੁਰਸ਼, ਅਸੀਂ ਤੈਨੂੰ ਸਵਰਗਾਂ 'ਚ ਭੇਜਿਆ ਸੀ ਤੇ ਤੂੰ ਉੱਥੇ ਨਰਕਾਂ 'ਚ ਕੀ ਡੋਕੇ ਲੈਣ ਗਿਆ ਸੀ? ਮਹਾਰਾਜ ਮੈਂ 2 ਦਿਨ ਸਵਰਗਾਂ ਦੇ ਵਿੱਚ ਨਰਕ ਭੁੱਗਿਆ, ਉੱਥੇ ਮੇਰਾ ਸਾਹ ਘੁੱਟਦਾ ਸੀ ਮਹਾਰਾਜ, ਧੂਫਾਂ ਨੇ ਮੇਰੀਆਂ ਨਾਸਾਂ ਕਾਲੀਆਂ ਕਰਤੀਆਂ ਨਾਸਾਂ, ਪੰਡਤਾਂ ਨੇ ਮਾਰ ਮਾਰ ਕੇ ਟੱਲੀਆਂ ਬਜਾ ਬਜਾ ਟੱਲੀਆਂ ਮੇਰੇ ਕੰਨ ਬੋਲੇ ਕਰਤੇ, ਕੋਈ ਰਾਮ ਰਾਮ, ਕੋਈ ਅੱਲਾ ਅੱਲਾ, ਕੋਈ ਵਾਹਿਗੁਰੂ ਵਾਹਿਗੁਰੂ ਉੱਚੀ ਉੱਚੀ ਬੋਲ ਰਹੇ ਸੀ ਜੀ। ਮਹਾਰਾਜ ਜਿਦ ਜਿਦ ਕੇ ਪਾਠ ਕਰਦੇ ਨੇ ਜੀ, ਉੱਥੇ ਕੋਈ ਮਨੋਰੰਜਨ ਦਾ ਸਾਧਨ ਨਹੀਂ ਜੀ, ਮੈਂ ਤਾਂ ਨਰਕੀ ਵਧੀਆ ਨੇ। ਜਮਲਾ ਜੱਟ 3 ਖਾਰੇ ਲਾਉਂਦਾ ਹੈ, ਭਾਈ ਗੋਪਾਲ ਸਿੰਘ ਰਾਗੀ ਕੀਰਤਨ ਕਰਦਾ ਹੈ ਤੇ ਹੋਰ ਬੜੇ ਜਥੇ ਬੁਲਾਉਣੇ ਅਸੀਂ। ਆਹੋ ਮਸਕੀਨ ਸਿੰਘ ਬਾਬਾ ਜੀ ਸਾਰੀ ਦਿਹਾੜੀ ਕਥਾ ਹੀ ਕਰੀ ਜਾਂਦੇ ਨੇ ਜੀ, ਲੈ ਉਧਰ ਨਰਕ 'ਚ ਜਾ ਕੇ ਦੇਖੋ ਜੀ, ਚਮਕੀਲਾ ਆਏ ਹਾਏ ਹਾਏ ਹਾਏ, ਟੈ ਟੈ ਟੈ, ਇੰਨੇ ਨਜ਼ਾਰੇ ਦਿੰਦਾ ਜੀ, ਬੈਠਣ ਨੂੰ ਥਾਂ ਨਹੀਂ ਮਿਲਦੀ, ਇੰਨਾ ਇਕੱਠ ਹੁੰਦਾ। ਹੋਰ ਹੋਰ ਜੀ, ਪੰਜਾਬੀ ਕਲਾਕਾਰ, ਹਿੰਦੀ ਕਲਾਕਾਰ, ਬੱਲੇ 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 ਬੱਲੇ, ਇੰਨੀਆਂ ਰੌਣਕਾਂ, ਡੀ ਜੇ ਲੱਗਿਆ ਹੋਇਆ, ਇੰਨੀਆਂ ਘੈਂਟ ਡਾਂਸਰਾਂ ਨੇ ਮਹਾਰਾਜ, ਹਾਏ 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 ਹਾਏ, ਜਦੋਂ ਕਰਦੀਆਂ ਨੇ ਕਾਂਟਾ ਲੱਗਾ ਮਾਰ ਕੋ ਭੁੱਲ ਜਾਂਦਾ ਸਾਰਾ ਕੁਛ, ਨਰਕਾਂ 'ਚ ਤਾਂ ਜੀ ਬਹੁਤ ਲੱਗਦਾ ਮਹਾਰਾਜ। ਪਰ ਮਹਾਰਾਜ ਇਸ ਮੂਰਖ ਪ੍ਰਾਣੀ ਨੂੰ ਇਹ ਨਹੀਂ ਪਤਾ ਕਿ ਨਰਕਾਂ ਵਿੱਚ ਕੋਰੜੇ ਵੀ ਪੈਂਦੇ ਨੇ ਤੇ ਤੇਲ ਦੇ ਉੱਬਲਦੇ ਕੜਾਹਾਂ ਵਿੱਚ ਉਬਾਲਿਆ ਜਾਂਦਾ। ਲੈ ਚਮਕੀਲਾ ਸੁਣ ਕੇ ਸਭ ਕੁਛ ਭੁੱਲ ਜਾਂਦੇ ਆ ਜੀ, ਤੁਸੀਂ ਮਹਾਰਾਜ ਨਾਂ ਬਦਲ ਕੇ ਨਰਕਾਂ ਦਾ ਨਾਂ ਰੱਖੋ ਸਵਰਗਪੁਰੀ ਤੇ ਸਵਰਗਾਂ ਦਾ ਨਾਂ ਰੱਖੋ ਨਰਕਪੁਰੀ। ਚਤੁਰਗੁਪਤ, ਇਸ ਪਾਪੀ ਪੁਰਸ਼ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ, ਇਸ ਨੇ ਕਰੋੜਾਂ ਸਾਲਾਂ ਤੋਂ ਚਲੇ ਆ ਰਹੇ ਨਿਜ਼ਮਾਂ ਨੂੰ ਤੋੜਿਆ। ਮਹਾਰਾਜ ਖਿਆਲ ਰਹੇ, ਜੇ ਮੈਨੂੰ ਸਜ਼ਾ ਦੇਣੀ ਹੈ ਤਾਂ ਨਰਕਾਂ 'ਚ ਦੇਵਿਓ, ਮੈਨੂੰ ਨਹੀਂ ਲੋੜ ਹੈਗੀ ਸੁਰਗਾਂ ਸਰਗਾਂ ਦੀ। ਮਹਾਰਾਜ ਬੜਾ ਹੀ ਢੀਟ ਕਿਸਮ ਦਾ ਬੰਦਾ ਹੈ, ਜਿਹੜਾ ਕੰਮ ਕਰਦਾ ਉਹ ਕਰਦਾ ਗੰਦਾ। ਉਹ ਦੁਨੀਆ ਚੰਨ ਤੇ ਪਹੁੰਚ ਗਈ, ਦੇਖ ਤਾਂ ਸਹੀ, ਤੁਸੀਂ ਨਹੀਂ ਜਾਣਦੇ
ਅੰਗਰੇਜ਼ਾਂ ਦੇ ਦਿਮਾਗ ਨੂੰ ਉਹ ਇੱਥੇ ਵੀ ਪਹੁੰਚਣ ਵਾਲੇ ਨੇ ਸਿੱਧੇ। ਮਹਾਰਾਜ ਲੋਕ ਚੰਦਰਮਾ ਦੇਵਤਾ ਤੇ ਪਹੁੰਚ ਗਏ ਨੇ, ਪਰ ਜਿੱਥੇ ਤੁਸੀਂ ਅਜੇ ਤੱਕ ਨਹੀਂ ਪਹੁੰਚੇ। ਚਮੁੰਡਾ! ਯੈਸ ਮਹਾਰਾਜ। ਆਹੋ ਉਹ ਸਾਡੇ ਬੜੀ ਤਰੱਕੀ ਕਰ ਲਈ ਹੈ ਤੇ ਤੁਸੀਂ ਕੀ ਕਰਿਆ? ਉਹ ਲੱਖਾਂ ਸਾਲ ਹੋ ਗਏ ਮਹਾਰਾਜ ਤੁਹਾਡੇ ਕੋਲ ਉਹੀ ਝੁੱਟ ਹੈ। ਸਾਡੇ ਮਾੜੇ ਤੋਂ ਮਾੜਾ ਬੰਦਾ ਸਕੂਟਰ ਲਈ ਫਿਰਦਾ, ਜਿਹੜੇ ਤੇਰਾ ਨਾਂ ਵਰਤਦੇ ਨੇ, ਤੇਰੇ ਨਾਂ ਤੇ ਲੋਕਾਂ ਨੂੰ ਡਰਾਉਂਦੇ ਆ। ਧਰਮਰਾਜ ਐਂ ਕਰਦੂ, ਉੱਥੇ ਤੁਹਾਨੂੰ ਲੇਖਾ ਦੇਣਾ ਪਊ। ਧਰਮਰਾਜ ਇੰਨਾ ਖਤਰਨਾਕ ਬੰਦਾ ਹੈ। ਚਮੁੰਡਾ! ਕੌਣ ਨੇ ਉਹ ਹਰਾਮਖੋਰ ਲੋਕ? ਪਖੰਡੀ ਬਾਬੇ ਜਿਹੜੇ ਲੋਕਾਂ ਨੂੰ ਲੁੱਟਦੇ ਆ। ਤੁਹਾਡਾ ਨਾਂ ਵੇਚ ਕੇ ਮਹਾਰਾਜ ਏਸੀ ਕਾਰਾਂ ਚ ਘੁੰਮਦੇ ਆ, ਏਸੀ ਕਾਰਾਂ ਚ। ਪਰ ਮਹਾਰਾਜ ਸਾਧੂ ਸੰਤ ਤਾਂ ਕੁਟੀਆ ਵਿੱਚ ਰਹਿੰਦੇ ਨੇ। ਲੈ ਕਿਹੜੀ ਕੁਟੀਆ, ਕੋਈ ਹੁਣ ਸਤਯੁਗ ਨੀ ਕਲਯੁਗ ਹੈ। ਸ਼ੀਸ਼ ਮਹਿਲਾਂ ਵਰਗੇ ਡੇਰੇ ਨੇ ਮਹਾਰਾਜ, ਭੋਰਿਆਂ ਚ ਗੰਦ ਪਾਉਂਦੇ ਨੇ ਗੰਦ। ਮਹਾਰਾਜ ਕੁੜੀਆਂ ਕਤਰੀਆਂ ਦਾ ਚੱਕਰ ਵੀ ਭੋਰਿਆਂ ਚ ਹੀ ਚੱਲਦਾ। ਲੋਕ ਉਹਨਾਂ ਨੂੰ ਕੁਛ ਨੀ ਕਹਿੰਦੇ? ਲੈ ਨਾ ਮਹਾਰਾਜ, ਲੋਕਾਂ ਨੇ ਮਰਨਾ ਉਹ ਤਾਂ ਉਹਦੀ ਮਰਵਾ ਦਿੰਦੇ ਆ। ਵੱਡੇ ਵੱਡੇ ਮੰਤਰੀਆਂ ਨਾਲ ਜਰਾਨੇ ਨੇ ਏਸੀ ਕਮਰਾ ਚ ਬਹਿ ਕੇ ਰੱਬ ਦਾ ਨਾਂ ਤੇ ਆਉਂਦੇ ਨੇ, ਰੱਬ ਦਾ ਨਾਂ। ਉਹਨਾਂ ਨੂੰ ਪੈੜੀ ਤੋਂ ਪੈੜੀ ਸਜ਼ਾ ਦੇਵਾਂਗੇ ਅਗਲੇ ਜਨਮ ਚ। ਨਜ਼ਾਰੇ ਤਾਂ ਹੁਣ ਲੈਂਦੇ ਨੇ, ਅਗਲਾ ਜਨਮ ਕਿਹੜੇ ਕੰਜਰ ਨੇ ਦੇਖਿਆ। ਮਹਾਰਾਜ ਇਹ ਮਾਮੂਲੀ ਜੇ ਪਖੰਡੀ ਲੋਕ ਏਸੀ ਕਾਰਾਂ ਚ ਘੁੰਮਦੇ ਨੇ ਤੇ ਤੁਸੀਂ ਏਡੇ ਵੱਡੇ ਪਰਲੋਕ ਦੇ ਮਾਲਕ ਹੋ ਕੇ ਇੱਕ ਝੋਟੇ ਤੇ। ਇੱਥੇ ਆ ਕੇ ਪਤਾ ਚੱਲਿਆ ਇੱਥੇ ਨਾ ਕੋਈ ਛੁੱਟੀ ਆ ਮਹਾਰਾਜ। ਸਾਡੇ ਦੀਵਾਲੀ ਦੀ ਛੁੱਟੀ, ਦੁਸਹਿਰੇ ਦੀ ਛੁੱਟੀ, ਈਦ ਦੀ ਛੁੱਟੀ, 26 ਜਨਵਰੀ ਦੀ ਛੁੱਟੀ, 15 ਅਗਸਤ ਦੀ ਛੁੱਟੀ, ਨਵੇਂ ਸਾਲ ਦੀ, ਲੋਹੜੀ ਦੀ। 365 ਦਿਨਾਂ ਚ 200 ਛੁੱਟੀਆਂ ਹੁੰਦੀਆਂ ਨੇ ਜੀ, 200 ਛੁੱਟੀਆਂ। ਅਸੀਂ ਤਾਂ ਛੁੱਟੀਆਂ ਬਾਰੇ ਕਦੇ ਨੀ ਸੋਚਿਆ। ਤੁਸੀਂ ਕੀ ਸੋਚਣਾ, ਤੁਹਾਡੇ ਦਿਮਾਗ ਹੀ ਨੀ। ਸਾਡੇ ਲੋਕ ਛੁੱਟੀਆਂ ਮਨਾਉਣ ਵਾਸਤੇ ਸ਼ਿਮਲੇ ਜਾਂਦੇ ਨੇ, ਮਨਸੂਰੀ ਜਾਂਦੇ ਨੇ, ਮਨਾਲੀ ਜਾਂਦੇ ਨੇ, ਤੇ ਤੁਸੀਂ ਮਹਾਰਾਜ ਪਰ ਲੋਕ ਤਾਂ ਸਿਵਾ ਕਿਤੇ ਗਏ ਹੀ ਨਹੀਂ। ਓਏ ਸਾਡੇ ਬੜੀ ਤਰੱਕੀ ਕਰ ਲਈ ਹੈ। ਜਣਾ ਖਣਾ ਜਨਾਬ ਮੋਬਾਈਲ ਨਹੀਂ ਫਿਰਦਾ ਜੀ, ਮੋਬਾਈਲ, ਜਹਾਜ, ਇੰਨੇ ਪਰਮਾਣੂ ਬੰਬ ਬਣਾ ਲਏ ਜੀ, ਮਰਨ ਵਾਸਤੇ ਬੰਦੇ ਨਹੀਂ ਮਿਲਣੇ, ਇੰਨੇ ਬੰਬ ਬਣ ਗਏ। ਚਤਰਗੁਪਤ ਚੱਲ ਝੋਟਾ ਤਿਆਰ ਕਰ, ਅਸੀਂ ਵੀ ਪ੍ਰਿਥਵੀ ਦੀ ਸੈਰ ਕਰਨ ਲਈ ਜਾਵਾਂਗੇ। ਓ ਮਹਾਰਾਜ ਰਹਿਣ ਦੋ, ਝੋਟੇ ਨੂੰ ਥੱਲੇ ਸੈਂਸਰ ਵਾਲੇ ਤੰਗ ਕਰਨਗੇ, ਤੁਸੀਂ ਇਹੀ ਚੱਲੋ ਜੀ। ਮਹਾਰਾਜ ਜੇ ਇਸ ਮਹਾਂਪੁਰਸ਼ ਨੂੰ ਨਾਲ ਲੈ ਚੱਲੀਏ ਤਾਂ ਕੋਈ ਹਰਜਾ ਤਾਂ ਨਹੀਂ? ਇਹ ਬੰਦਾ ਮੈਨੂੰ ਫਿਰਿਆ ਤੁਰਿਆ ਲੱਗਦਾ। ਹਾਂ ਇਹ ਬੰਦਾ ਸਾਡੇ ਨਾਲ ਹੀ ਚੱਲੇਗਾ ਚਤਰਗੁਪਤ, ਪਰ ਅਸੀਂ ਰਹਾਂਗੇ ਕਿੱਥੇ? ਲੈ ਮੇਰੇ ਘਰੇ ਰਹੋ, ਤੁਹਾਡਾ ਆਪਦਾ ਘਰ ਹੈ ਜਨਾਬ, ਪਰ ਸਾਡਾ ਬੜਾ ਥੋੜ੍ਹਾ ਜਿਹਾ ਲੰਡੂ ਹੈ ਜੀ, ਉਹਦਾ ਗੁੱਸਾ ਨਾ ਕਰੋ, ਸੁਭਾਅ ਥੋੜ੍ਹਾ ਜਿਹਾ ਗਰਮ ਹੈ ਜੀ ਉਹਦਾ, ਉਹ ਅਸੀਂ ਆਪ ਠੰਡਾ ਕਰ ਲਵਾਂਗੇ। ਠੀਕ ਹੈ ਜੀ, ਚਲੋ ਚਮੁੰਡਾ ਜੀ। ਮਹਾਰਾਜ ਪਰ ਮਹਾਰਾਜ ਇੱਥੇ ਦਾ ਕੀ ਹੋਵੇਗਾ? ਇੱਥੇ ਇੱਕ ਹਫ਼ਤੇ ਲਈ ਦਫ਼ਤਰ ਬੰਦ ਕਰ ਦਿਓ। ਚਮੁੰਡਾ ਬੋਲ ਧਰਮਰਾਜ ਮਹਾਰਾਜ ਦੀ। ਕਿਆ ਬਾਤ ਹੈ, ਉਹ ਥੱਲੇ ਤਾਂ ਕੁਛ ਨਜ਼ਰ ਹੀ ਨਹੀਂ ਆਉਂਦਾ। ਓਏ ਹੋਏ 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 ਹੋਏ, ਬੱਲੇ 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 ਬੱਲੇ, ਬੱਦਲੀ ਬੱਦਲ, ਆਏ ਹਾਏ 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 ਹਾਏ, ਕਿੰਨੇ ਨਜ਼ਾਰੇ ਨੇ, ਨਜ਼ਾਰਾ ਜਾਂਦਾ। ਪਰ ਮਹਾਰਾਜ ਮੈਨੂੰ ਤੇ ਕੁਝ ਵੀ ਨਜ਼ਰ ਨਹੀਂ ਆਉਂਦਾ। ਨਜ਼ਾਰਾ ਨਜ਼ਰ ਨਹੀਂ ਆਉਂਦਾ ਹੁੰਦਾ, ਨਹੀਂ ਆਉਂਦਾ ਹੁੰਦਾ। ਓਏ ਪੁਰਾਣੀ, ਐਡਾ ਵੱਡਾ ਕੀ ਹੈ ਇਹ ਜੀ? ਜਹਾਜ਼ ਹੈ ਬਹੁਤ ਵੱਡਾ, 16-17 ਸੌ ਸਵਾਰੀਆਂ ਨੂੰ ਲੈ ਕੇ ਉੜਦਾ ਪੂਰਾ। ਹਰੋ ਮਹਾਰਾਜ, ਉਹ ਕਿਤੇ ਜਹਾਜ਼ ਚ ਨਾ ਵੱਜੋ, ਹੋਰ ਐਕਸੀਡੈਂਟ ਕਰਾ ਦੇ। ਮਹਾਰਾਜ ਕੀੜੀਆਂ ਵਾਂਗੂ ਕਿਵੇਂ ਫਿਰਦੇ ਨੇ, ਕਿਤੇ ਉੱਚੇ ਉੱਚੇ ਘਰ ਨੇ। ਉਹ ਤੁਸੀਂ ਤਾਂ ਸ਼ਹਿਰ ਵੱਲ ਜਾਈ ਜਾ ਰਹੇ ਹੋ ਜਨਾਬ, ਥੋੜਾ ਜਿਹਾ ਗੇਰੇ ਦਾ ਪਿੰਡ ਵੱਲ ਨੂੰ ਮੋੜੋ, ਸੰਗਰੂਰ ਤੋਂ 7 ਕਿਲੋਮੀਟਰ ਹੈ ਇਦਵਾਲ। ਓਏ ਬਈ ਇਹ ਕੀ ਨੇ? ਇਹ ਕਾਰਾਂ ਟਰੱਕ ਨੇ ਜੀ, ਮੋਟਰਾਂ, ਮੋਟਰਾਂ ਨੇ ਜੀ, ਮੋਟਰ ਗੱਡੀਆਂ। ਉਹ ਦੇਖੋ ਸਾਹਮਣੇ ਟੋਪਾ ਦਿੰਦਾ। ਭਾਈ ਸ਼ੱਕ ਤੇ ਤੇਲ ਵਾਲੀ ਫੈਕਟਰੀ ਕਿੱਡੀ ਤੇ ਦਿੰਦੀ ਹੈ। ਓ ਹੋ ਹੋ, ਕਿੰਨਾ ਘੈਂਟ ਨਜ਼ਾਰਾ, ਪਹਿਲੀ ਵਾਰੀ ਦੇਖਿਆ। ਤੇਰੀ ਆਤਮਾ ਪਹਿਲਾਂ ਤੇਰੇ ਸਰੀਰ ਚ ਹੋਣੀ ਪਊ, ਨਹੀਂ ਤਾਂ ਤੂੰ ਕਿਸੇ ਨੂੰ ਨਜ਼ਰ ਨਹੀਂ ਆਏਗਾ। ਚਿਤਰਗੁਪਤ ਪਹਿਲਾਂ ਇਹਦੀ ਲਾਸ਼ ਵੱਲ ਮੋੜਾ ਪਾਓ। ਲਾ ਵੇ ਪ੍ਰਾਣੀ, ਹੁਣ ਤੇਰੀ ਆਤਮਾ ਤੇਰੇ ਸਰੀਰ ਚ ਪ੍ਰਵੇਸ਼ ਕਰਨ ਜਾ ਰਹੀ ਹੈ। ਆ
ਆ ਗਿਆ ਨਜ਼ਾਰਾ। ਬੱਲੇ 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 ਆ ਗਿਆ ਨਜ਼ਾਰਾ। ਪੁਰਾਣੀ ਇਹ ਕੀ ਵਸਤੂ ਹੈ? ਇਹ ਕਣਕ ਹੈ। ਕਣਕ ਕਣਕ ਪਹਿਲਾਂ ਬੀਜੀ ਜਾਂਦੀ ਹੈ, ਫਿਰ ਇਹਨੂੰ ਕੱਢਦੇ ਆ ਕਪੈਨ ਨਾਲ ਵੱਢ ਕੇ, ਫਿਰ ਖਾਂਦੇ ਆ ਇਹ, ਖਾਂਦੇ ਆ ਚੱਕੀ ਚ ਪੀ ਕੇ ਖਾਂਦੇ ਆ ਇਹਨੂੰ, ਖਾਂਦੇ ਆ। ਤੁਹਾਨੂੰ ਬਾਅਦ ਚ ਸਮਝਾਊਂਗਾ, ਆਓ ਮੇਰੇ ਘਰੇ ਚਲੋ। ਮੇਰੀ ਗੱਲ ਸੁਣੋ ਜੀ, ਮੇਰਾ ਬੁੜਾ ਥੋੜਾ ਜਿਹਾ ਅੜਬਾ, ਤੁਹਾਨੂੰ ਗਾਲਾਂ ਵੀ ਕੱਢੂ, ਤੁਹਾਨੂੰ ਧੁੱਫੇ ਵੀ ਮਾਰੂ। ਹੈਂ, ਉਹ ਕਿਉਂ ਬਈ? ਉਹਦਾ ਸੁਭਾਅ ਹੀ ਹੈ ਜੀ, ਪਰ ਤੁਸੀਂ ਇੱਧਰ ਦੀ ਪਾ ਕੇ ਇੱਧਰ ਦੀ ਕੱਢੀ ਜਾਓ। ਆ ਜਾਓ ਜੀ, ਆ ਜਾਓ, ਚਲੋ ਜੀ। ਮੈਨੂੰ ਲੱਗਦਾ ਹੈ ਮਹਾਰਾਜ, ਇਹ ਤਾਂ ਮੂਰਖ ਪੁਰਾਣੀ ਹੈ, ਉਹ ਮਹਾਮੂਰਖ ਪੁਰਾਣੀ। ਹੁਣ ਐ ਵੀ ਕਰੀ, ਆ ਜਾਓ ਆ ਜਾਓ ਆ ਜਾਓ। ਜਵਾਕ ਨੇ ਜੀ, ਸਾਰੇ ਪਿੰਡ ਦੇ ਸਾਡੇ ਜਵਾਕ ਨੇ ਇਹ, ਕੁਛ ਨੀ ਕਹਿੰਦੇ ਜੀ, ਬਸ ਨਜ਼ਾਰੇ ਲੈਂਦੇ ਨੇ, ਤੁਹਾਨੂੰ ਦੇਖ ਕੇ ਨਜ਼ਾਰੇ ਲੈਂਦੇ ਨੇ, ਥੋੜਾ ਸਵਾਗਤ ਹੋ ਰਿਹਾ ਜੀ। ਆ ਜਾਓ ਜੀ, ਆ ਜਾਓ। ਪੱਟੀ ਗਈ ਮੇਰਾ ਸੂਰ ਮਿਆ ਭਾਈਆ, ਖਾਲੀ ਖਾਲੀ ਕਿੱਥੇ ਭੂਤ? ਮੈਂ ਤਾਂ ਦੇਖਿਆ ਨੀ ਕਦੇ ਭੂਤ। ਭੂਤ ਆਪਣੇ ਘਰ ਚ? ਭੂਤ ਓਏ, ਇਹਦਾ ਪਾਪੇ ਦਾ ਭੂਤ ਆ। ਪਾਪਾ ਦਾ ਭੂਤ ਬਣ ਕੇ ਵੀ ਜੈਂਕੀ ਲੱਗਦਾ ਭੈਣ ਦੇਣੇ ਦਾ। ਓਏ ਹੋਏ, ਓ ਮੈਂ ਜਿਉਣਾ ਕਮਲਿਆ ਟੱਪਰਾ, ਮੈਂ ਜਿਉਣਾ ਅਜੇ ਜਿਉਣਾ। ਦੇਖਿਆ, ਤੁਹਾਨੂੰ ਕਿਹਾ ਸੀ ਨਾ ਇਹ ਲਾਸ਼ ਕਿਸੇ ਹੋਰ ਦੀ ਲੱਗਦੀ ਹੈ, ਇਹ ਨਹੀਂ ਮਰਦਾ, ਇਹ ਤਾਂ ਸਾਰੇ ਟੱਬਰ ਨੂੰ ਮਾਰ ਕੇ ਮਰੂ। ਆ ਕੌਣ ਓਏ ਸੰਗ? ਆ ਕੀ ਸੰਗ ਧਾਰ? ਅੱਛਾ, ਰਾਮਲੀਲਾ ਚ ਭਰਤੀ ਹੋ ਗਿਆ। ਓ ਬਾਪੂ, ਮੈਂ ਸੱਚੀ ਮੁੱਚੀ ਮਰ ਕੇ ਪ੍ਰਲੋਕ ਚਲਾ ਗਿਆ ਸੀ, ਇਹ ਧਰਮਰਾਜ ਨੇ ਤੇ ਇਹ ਚਿੱਤਰਗੁਪਤ ਜੀ ਨੇ ਧਰਤੀ ਦੀ ਸੈਰ ਕਰਨ ਵਾਸਤੇ ਆਏ ਨੇ। ਇਹੋ ਜਿਹੇ ਬੰਦੇ ਫਿਲਮਾਂ 'ਚ ਹੁੰਦੇ ਨੇ। ਸਾਲਾ ਧਰਮਰਾਜ ਦਾ ਡਰਾਮੇਬਾਜ਼, ਨਾ ਧਰਮਰਾਜ ਤੇਰੇ ਵਰਗੇ ਮਲੰਗ ਨਾਲ ਆਊਗਾ। ਲੈ ਜਾ ਇਹਨਾਂ ਨੂੰ, ਨਹੀਂ ਤਾਂ ਲੱਤਾਂ ਤੋੜ ਦੂੰਗਾ ਤੁਹਾਡੀਆਂ। ਚਮੁੰਡਾ ਚਿੱਤਰਗੁਪਤ, ਇਸ ਪਾਪੀ ਪੁਰਸ਼ ਦੀ ਕੁੰਡਲੀ ਦੇਖ ਜ਼ਰਾ। ਮਹਾਰਾਜ, ਇਹ ਬੰਦਾ ਬੜਾ ਖਤਰਨਾਕ ਹੈ, ਨਰਮੀ ਵਰਤੋ ਮਹਾਰਾਜ, ਨਰਮੀ। ਮਾਰ ਕੇ ਸਬੂਤ ਦੇ ਦੋ ਮਹਾਰਾਜ, ਨਹੀਂ ਬੁੜੇ ਨੇ ਘਰੇ ਨਹੀਂ ਬੰਨ ਦੇਣਾ। ਉਹ ਮੋਟੇ ਦਿਮਾਗ ਨੂੰ ਕੋਈ ਸ਼ਕਤੀ ਮਾਰੋ, ਮਾਰੋ ਸ਼ਕਤੀ। ਜੈ ਚਮੁੰਡਾ ਚੰਦਰ ਮੁੰਡਾ ਗਨੀ ਚਮੁੰਡਾ, ਹੇ ਚਮੁੰਡਾ ਜੈ ਚਮੁੰਡਾ। ਮਹਾਰਾਜ, ਆਹ ਕੀ ਕਰਕੇ ਰੱਖਤਾ, ਸਾਰੇ ਪਿੰਡ 'ਚ ਮੈਨੂੰ ਨੰਗਾ ਕਰਕੇ ਰੱਖਤਾ ਮਹਾਰਾਜ, ਮੈਂ ਤਾਂ ਭੁੱਲ ਹੋ ਗਈ, ਮੈਂ ਤਾਂ ਤੁਹਾਨੂੰ ਰਾਮਲੀਲਾ ਹੀ ਸਮਝ ਗਿਆ। ਮੈਨੂੰ ਕੀ ਪਤਾ ਸੀ ਤੁਸੀਂ ਇਹ ਮਲੰਗ ਦੇ ਨਾਲ ਸਾਡੇ ਘਰੇ ਆਓਗੇ, ਸਾਡੇ ਪਿੰਡ ਨੂੰ ਪਵਿੱਤਰ ਕਰੋਗੇ, ਸਾਡੇ ਘਰ ਨੂੰ ਪਵਿੱਤਰ ਕਰੋਗੇ। ਅੱਜ ਮਹਾਰਾਜ, ਮਹਾਰਾਜ ਮੈਂ ਤਾਂ ਭੁੱਲ ਹੋ ਗਈ, ਮਹਾਰਾਜ ਮਾਫ਼ ਕਰ ਦਿਓ। ਮੇਰੀ ਮਾਂ ਜਾਇਆ, ਮੇਰਾ ਬ੍ਰਦਰ, ਮੇਰਾ ਭਾਈ, ਮੇਰਾ ਵੀਰ, ਮੇਰੀ ਜਾਨ ਦਾ ਟੁਕੜਾ, ਓਏ ਉਹ ਤੂੰ ਕਿੱਥੇ ਤੁਰ ਗਿਆ ਸੀ ਮੇਰਿਆ ਸਿਉਣਿਆ ਭਾਈਆ? ਮੇਰੇ ਸਿਰ ਦਿਆ ਸਾਈਆਂ, ਸਵਾਮੀ ਤੇਰੇ ਪੈਰ ਕਿੱਥੇ ਨੇ? ਉਹ ਜਿੱਥੇ ਪਹਿਲਾਂ ਹੁੰਦੇ ਸੀ ਉੱਥੇ ਨੇ। ਮੈਂ ਤੂੰ ਕਿੱਥੇ ਛੱਡ ਕੇ ਤੁਰ ਗਿਆ ਸੀ ਮੈਨੂੰ ਕੱਲੀ ਨੂੰ ਇੱਥੇ? ਓਏ ਚਲੋ, ਓਏ ਸਾਰੇ ਪ੍ਰਣਾਮ ਕਰੋ। ਧੰਨ ਪਾਗ ਮਹਾਰਾਜ, ਤੁਸੀਂ ਸਾਡੇ ਗਰੀਬਾਂ ਦੇ ਘਰੇ ਚਰਨ ਪਾਏ, ਇਸ ਘਰ ਨੂੰ ਪਵਿੱਤਰ ਕਰਤਾ। ਆਏ ਹਾਏ ਮਹਾਰਾਜ, ਤੁਸੀਂ ਇਸ ਦੀ ਜਾਨ ਬਖਸ਼ੀ ਹੈ, ਅਸੀਂ ਤੁਹਾਡਾ ਅਹਿਸਾਨ ਜ਼ਿੰਦਗੀ ਭਰ ਨਹੀਂ ਭੁੱਲਾਂਗੇ ਮਹਾਰਾਜ। ਅਸੀਂ ਇਸ ਦੀ ਕੋਈ ਜਾਨ ਨਹੀਂ ਬਖਸ਼ੀ, ਇਹ ਸਾਨੂੰ ਸੈਰ ਕਰਾਉਣ ਵਾਸਤੇ ਲੈ ਕੇ ਆਇਆ ਤੇ ਸਾਡੇ ਨਾਲ ਹੀ ਜਾਵੇਗਾ, ਸਮਝੇ? ਠੀਕ ਹੈ ਮਹਾਰਾਜ, ਊਂ ਵੀ ਇਹ ਧਰਤੀ ਦੇ ਉੱਤੇ ਬੋਝ ਹੈ, ਉੱਥੇ ਸਕੂਨ ਨਾਲ ਰਹੂਗਾ ਮਹਾਰਾਜ। ਇਹਨੂੰ ਨਾਲ ਹੀ ਲੈ ਜਾਓ ਮਹਾਰਾਜ, ਧਰਤੀ ਦਾ ਗੰਦ ਹੀ ਪਾਊਗਾ ਜੀ। ਚੁੱਪ ਕਰ ਦਿਓ, ਚੁੱਪ ਤੁਸੀਂ, ਚੁੱਪ ਕਰੋ, ਚਲ ਰੋਟੀ ਲਾ ਲੈ ਹੁਣ ਤੂੰ। ਮਹਾਰਾਜ ਤੁਸੀਂ ਬੈਠੋ, ਮੈਂ 36 ਪ੍ਰਕਾਰ ਦਾ ਭੋਜਨ ਬਣਾਉਣੀ ਹੈ, ਤੁਸੀਂ ਭੁੱਖੇ ਹੋਵੋਗੇ, ਬੈਠੋ ਤੁਸੀਂ। ਹਾਂ ਮਹਾਰਾਜ, ਤੁਸੀਂ ਐਂ ਕਰੋ, ਹੁਣ ਤੁਸੀਂ ਨਹਾ ਧੋ ਲਓ, ਲੰਬੇ ਸਫ਼ਰ ਤੋਂ ਆਇਓ, ਥੱਕੇ ਹੋਵੋਗੇ। ਆ Thank you.
ਕਾਂਟ ਦਿਸ ਕਾਂਟ ਟੇਕ ਆ ਹੌਸਲਾ ਫੋਟੋ ਸੈਟ ਮਹਾਰਾਜ ਮੇਰੇ ਢਿੱਡ ਵਿੱਚ ਵੀ ਦਰਦ ਹੋਈ ਜਾਂਦਾ ਕੀ ਹੋ ਗਿਆ ਭੈਣ ਦੇਣ ਦਿਓ ਮਿਰਚਾਂ ਲੜ ਗਈਆਂ ਓਏ ਇੱਥੋਂ ਗੋਲਾ ਉੱਠਦਾ ਸਾਰੇ ਢਿੱਡ ਚ ਕਸਮਾਰ ਪੈਂਦਾ ਰਾਤ ਤਾਂ ਗੱਟਾ ਆਟੇ ਦਾ ਖਾ ਗਏ ਬਾਲੇ ਅੰਨ ਦੇ ਬੈਰੀ ਹੋ ਮਾਂ ਦਿਓ ਪੁੱਤੋ ਘੱਟ ਖਾ ਲੈਂਦੇ ਜੇ ਘਰ ਬਿਗਾਨਾ ਸੀ ਤਾਂ ਢਿੱਡ ਤਾਬਣਾ ਸੀ ਓਏ ਅਸੀਂ ਭੋਜਨ ਪਾਣੀ ਨਹੀਂ ਕਰਦੇ ਓਏ ਦੇਵਤੇ ਤਾਂ ਸਿਰਫ ਖੁਸ਼ਬੂ ਦੇ ਭੁੱਖੇ ਹੁੰਦੇ ਨੇ ਅਸੀਂ ਪਹਿਲੀ ਵਾਰ ਖਾਧਾ ਇੰਨਾ ਸਵਾਦ ਲੱਗਿਆ ਕਿ ਪੁੱਛੋ ਕੁਝ ਨਾ ਅਸੀਂ ਤਾਂ ਸੰਗ ਦੇ ਰਹੇ ਨਹੀਂ ਤਾਂ ਦੁੱਗਣਾ ਤਿੱਗਣਾ ਚੌਗਣਾ ਚਮੁੰਡਾ ਹੋ ਜਾਂਦਾ ਮਹਾਰਾਜ ਮੇਰੇ ਪੇਟ ਵਿੱਚ ਵੀ ਗੁੜਗੁੜ ਹੋਈ ਜਾਂਦੀ ਹੈ ਜ਼ੋਰ ਥੱਲੇ ਨੂੰ ਪਈ ਜਾਂਦਾ ਹਾਏ ਅੱਗੇ ਕਦੇ ਨਹੀਂ ਜਦ ਖਾਓਗੇ ਹੀ ਨਹੀਂ ਫਿਰ ਜ਼ੋਰ ਕਿੱਥੇ ਪਊ ਐਂ ਕਰੋ ਜਾਓ ਜੰਗਲ ਪਾਣੀ ਜਾਓ ਚਮੁੰਡਾ ਓਏ ਜੰਗਲ ਪਾਣੀ ਕੀ ਹੁੰਦਾ ਹੁਣ ਤੈਨੂੰ ਮੈਂ ਕਿਵੇਂ ਸਮਝਾਵਾਂ ਮਾਸੜਾ ਹੁਣ ਮੈਂ ਤੈਨੂੰ ਕਰਕੇ ਦਿਖਾਵਾਂ ਵੀ ਆ ਹੁੰਦਾ ਡਰੋ ਨਾ ਇਹ ਕੰਮ ਤਾਂ ਸਾਰੇ ਕਰਦੇ ਨੇ ਤੁਸੀਂ ਐਂ ਕਰੋ ਖੇਤਾਂ ਵੱਲ ਚਲੇ ਜਾਓ ਠੀਕ ਹੈ ਓਏ ਗੱਲ ਸੁਣੋ ਓਏ ਆ ਪਾਣੀ ਤਾਂ ਨਾਲ ਲੈ ਜਾਓ ਪਾਣੀ ਕਿਉਂ ਬੱਚਾ ਲੋਕ ਯਾਰ ਇਹਨਾਂ ਨੂੰ ਤਾਂ ਧੋਣ ਦਾ ਵੀ ਨਹੀਂ ਪਤਾ ਕਿ ਤੁਸੀਂ ਕਿਸੀ ਕਰ ਲਿਓ ਓਏ ਕਿਸੀ ਕਰਨ ਨੂੰ ਇਹ ਜਵਾਕ ਨੇ ਤੁਰੇ ਆ ਓਏ ਛੇਤੀ ਦਾ ਸੁਣ ਕੀ ਹੈ ਜਦ ਜੰਗਲ ਪਾਣੀ ਬੈਠੋਗੇ ਫਿਰ ਐਦਾਂ ਧੋਣਾ ਮਹਾਰਾਜ ਮਰ ਗਿਆ ਜਾਓ ਛੇਤੀ ਵਗ ਜਾਓ ਭੈਣ ਦੇਣੇ ਦਿਓ ਕਿਤੇ ਇੱਥੇ ਨਾ ਥਰਮਲ ਪਲਾਂਟ ਲਾ ਦਿਓ ਯਾਰ ਇਹ ਬੰਦੇ ਅਜੀਬ ਨੇ ਇਹਨਾਂ ਨੂੰ ਕੁਝ ਨਹੀਂ ਪਤਾ ਪੁਰਾਣੇ ਖਿਆਲ ਦੇ ਬੰਦੇ ਨੇ ਛੇਤੀ ਛੇਤੀ ਮੇਰੇ ਸਾਲਿਓ ਕੋਈ ਕੰਮ ਕਰ ਲਓ ਕਦ ਤੱਕ ਮੈਂ ਤੁਹਾਨੂੰ ਵਿਹਲੇ ਨੂੰ ਬਰਦਾਸ਼ਤ ਕਰਦਾ ਰਹੂੰ ਉਹ ਬਾਪੂ ਹੁਣ ਮੈਂ ਦੱਸ ਕੀ ਕਰਾਂ ਨੌਕਰੀਆਂ ਕੀ ਦਰਖਤਾਂ ਨੂੰ ਲੱਗਦੀਆਂ ਫਿਰਦੀਆਂ ਨੇ ਸਾਲਿਆ ਹੋਮਗਾਰਡ 'ਚ ਹੀ ਭਰਤੀ ਹੋ ਜਾ ਕਦੇ ਤਾਂ ਨੰਬਰ ਲੱਗੂ ਤਨਖਾਹ ਤਾਂ ਮਿਲਦੀ ਨਹੀਂ ਹੋਮਗਾਰਡ 'ਚ ਹੀ ਭਰਤੀ ਹੋ ਜਾ ਓਏ ਤੈਂ ਕੀ ਮੌਨ ਧਾਰੀ ਹੈ 24 ਘੰਟੇ ਤੇਰੀ ਹਵਾਖੋਰੀ ਨਹੀਂ ਮੁੱਕਦੀ ਬਾਪੂ ਮੈਨੂੰ ਕੁਝ ਨਾ ਕਹੋ ਮੈਂ ਤਾਂ ਤੁਹਾਡੇ ਘਰ ਮਹਿਮਾਨ ਆਇਆ ਹੋਇਆ ਬਾਪੂ ਮੈਂ ਤਾਂ ਮਰਿਆ ਹੋਇਆ ਮੈਨੂੰ ਐਸ਼ ਕਰ ਲੈਣ ਦਿਓ ਲੈ ਲੈਣ ਦਿਓ ਨਜ਼ਾਰੇ ਐਵੇਂ ਕਲੇਸ਼ ਪਾ ਕੇ ਨਾ ਬਹਿ ਜੀ ਕਲੇਸੀ ਬਾਬਲਾ ਹੁਣ ਤੱਕ ਐਸੇ ਕਰੀ ਹੈ ਕਦੇ ਭਦਰ ਕਰਿਆ ਕਰਿਆ ਤੈਂ ਉਦੋਂ ਮੈਂ ਕਿਹਾ ਮੇਰੀ ਜੜ ਕਢਾ ਦਿਓ ਸਾਲੇ ਨੇ ਬਦਮਾਸ਼ ਬੁਲਾ ਕੇ ਮੇਰੀ ਜੜ ਕਢਾ ਤੀ ਸਾਲੇ ਦੀ ਭੈੜੀ ਖੋਪੜੀ ਦੀ ਪੈਕਿੰਗ 'ਚ ਗੰਦਾ ਦਿਮਾਗ ਉਹ ਚੱਲ ਬਸ ਕਰ ਬਾਪੂ ਚੁੱਪ ਹੋ ਜਾ ਹੁਣ ਇਹਦੇ ਤਾਂ ਵਿਚਾਰੇ ਦੇ ਥੋੜ੍ਹੇ ਜਿਹੇ ਦਿਨ ਰਹਿ ਗਏ ਹੁਣ ਉੱਪਰ ਜਾਣ ਦੇ ਓਏ ਨੇ ਹੁਣ ਤੁਰ ਜਾਣਾ ਓਏ ਦਿਨ ਰਹਿ ਗਏ ਨੇ ਥੋੜੇ ਮੇਰਾ ਸਾਲਿਆ ਮੈਂ ਤੈਨੂੰ ਇਹਦੇ ਨਾਲੇ ਤੋਰ ਦੂੰ ਅੰਨ ਦੇ ਬੈਰੀ ਨਾ ਹੋਣ ਜਿਹਦਾ ਗੱਭਰੂ ਨੌਜਵਾਨ ਬਰਛੇ ਵਰਗਾ ਭਾਈ ਮਰ ਗਿਆ ਹੋਵੇ ਉਹਨੂੰ ਕਿੱਥੇ ਕੰਮ ਚੰਗੇ ਲੱਗਦੇ ਨੇ ਬਾਪੂ ਐ ਨੀ ਤੁਸੀਂ ਮਰਦੇ ਮੈਂ ਮਾਰੂ ਤੁਹਾਨੂੰ ਉਹ ਤੂੰ ਜਾਣਦੇ ਮੇਰੀ ਧਰਮਰਾਜ ਨਾਲ ਸਿੱਧੀ ਗੱਲ ਹੈ ਸਭ ਤੋਂ ਪਹਿਲਾਂ ਉੱਪਰ ਜਾ ਕੇ ਤੇਰਾ ਲੰਬਰ ਲਵਾਊ ਉਹ ਬਾਈ ਤੂੰ ਚੁੱਪ ਕਰ ਜਾ ਤੂੰ ਤਾਂ ਸਿਆਣਾ ਘਰੇ ਆਪਣੇ ਮਹਿਮਾਨ ਆਏ ਹੋਏ ਨੇ ਇਹਦਾ ਕੀ ਹੈ ਇਹ ਤਾਂ ਹੈ ਹੀ ਕਲੇਸ਼ੀ ਕੋਈ ਨਾ ਤੁਹਾਡੇ ਮੈਂ ਖੋਲਦਾ ਪੋਲ ਕੀ ਗੁੜ ਖਿਲਾਉਣਾ ਤੁਸੀਂ ਮੈਂ ਦੱਸਦਾ ਕੰਜਰੋ ਮੈਂ ਤੁਹਾਡੀਆਂ ਸਾਰੀਆਂ ਕਰਤੂਤਾਂ ਦੱਸੂ ਧਰਮਰਾਜ ਨੂੰ ਬਾਪੂ ਨਾ ਬਾਪੂ ਨਾ ਬਾਪੂ ਤੈਨੂੰ ਰੱਬ ਦਾ ਵਾਸਤਾ ਨਾ ਬਾਪੂ ਐਂ ਨਾ ਕਰੀ ਮੇਰੇ ਬੜੇ ਲੰਬਰ ਬਣੇ ਹੋਏ ਨੇ ਭੋਲੇ ਦੇ ਲੰਬਰ ਬੜੇ ਬਣੇ ਹੋਏ ਨੇ ਤੁਹਾਡੇ ਨੰਬਰ ਬਣੇ ਹੋਏ ਨੇ ਹੈ ਜਿੰਨੇ ਦਿਨ ਉੱਥੇ ਨੇ ਆਪਾਂ ਲੜਨ ਤੋਂ ਪਰਹੇਜ਼ ਕਰੋ ਮਾੜਾ ਮੋਟਾ ਸ਼ਾਂਤੀ ਰੱਖੋ ਓਏ ਹਾਂ ਬਾਪੂ ਆ ਪੂਰੇ ਲੋਕ ਦਾ ਮਾਲਕ ਆਪਣੇ ਪਾਪੀਆਂ ਦੇ ਘਰੇ ਠਹਿਰਿਆ ਹੋਇਆ ਕੋਈ ਉਹਦੀ ਸੇਵਾ ਕਰ ਲਓ ਜਿੰਨੀ ਹੁੰਦੀ ਹੈ ਚੰਗਾ ਚੰਗਾ ਬਹੁਤੀ ਬਕਵਾਸ ਨਾ ਮਾਰ ਮੈਨੂੰ ਸਾਰਾ ਪਤਾ ਤੁਸੀਂ ਦਿਲ ਲਾ ਕੇ ਸੇਵਾ ਕਰੋ ਉਹਦੀ ਕਿਸੇ ਚੀਜ਼ 'ਚ ਘਾਟਾ ਨਹੀਂ ਰਹਿਣਾ ਚਾਹੀਦਾ ਬਹੁ ਬਾਪੂ ਜਿਉਂਦਾ ਰਹਿ ਕਹਿਲਾ ਬਾਪੂ ਬੀਆ ਜੀਤ ਆਹ ਨੀਕਰਾਂ ਦਾ ਪਲਾਸਟਿਕ ਹੈਗਾ ਤੇਰੇ ਕੋਲ ਆਹੋ ਆਹੋ ਦੇਬੋ ਹੈਗਾ
ਜੇ ਤੈਂ ਸੁਣਿਆ ਭਲਾ ਕਹਿੰਦੇ ਮੱਛਰ ਬਨਵਾਸ ਜੇਲ੍ਹ ਚੋਂ ਫਰਾਰ ਹੋ ਗਿਆ, ਲਾਲਾ ਤਾਂ ਡਰਦਾ ਹਰਿਆਣੇ ਚ ਵੱਗ ਗਿਆ ਕੈਂਥਲ ਲੈ ਹੋਰ ਲੈ। ਫਿਰ ਆਪਾਂ ਨੂੰ ਕਾਹਦਾ ਡਰ ਹੈ, ਤੇਰਾ ਨਾਂ ਉਹਦੀ ਹਿੱਟ ਲਿਸਟ ਚ ਹੈ, ਦੇਖੀ ਤਾਂ ਸਹੀ। ਉਹ ਮੈਂ ਕੀ ਉਹਦੇ ਮਾਂ ਮਾਤੇ, ਇਹ ਬਾਬਾ ਬਦਰਨਾਥ ਜੀ ਉਹ ਮੈਨੂੰ ਬਚਾ ਲੈ, ਮੈਂ ਤੇਰੀਆਂ ਦੋ ਚਮਕੀਆਂ ਭਰੂੰਗਾ ਔਖਾ ਸੌਖਾ ਹੋ ਕੇ। ਮੇਰਾ ਵੀ ਨੰਬਰ ਹੈ ਦੂਜਾ, ਮੈਂ ਕੀ ਕਰਾਂ ਮੈਨੂੰ ਦੱਸੀ ਜੀਤ। ਤੂੰ ਐਂ ਕਰ ਦੇਵੋ ਆਹ ਫਰ ਸਾਈਕਲ ਤੂੰ ਲੈ ਝੂਟੇ, ਮੈਂ ਨੀ ਕਿਸੇ ਕੰਜਰ ਤੋਂ ਡਰਦਾ। ਲੈ ਬੋਲ, ਡਰਦੀ ਡੁਰਦੀ ਮੈਂ ਵੀ ਨੀ ਫਿਰ। ਹਾਂ ਸੱਚ ਦੇਵੋ, ਤੈਂ ਸੁਣਿਆ ਵੀ ਕੈਲੇ ਬੁੜੇ ਕੇ ਘਰੇ ਕਹਿੰਦੇ ਦੋ ਪਾਸਲੇ ਬੰਦੇ ਆਏ ਹੋਏ ਨੇ, ਉਹ ਕੌਣ ਨੇ? ਬੇ ਉੱਪਰੋਂ ਆਏ ਨੇ ਕਹਿੰਦੇ ਪਰਲੋਕ ਦੇ ਮਾਲਕ ਨੇ ਧਰਮਰਾਜ ਉਰੀ, ਬੇ ਬਲਾਈ ਸਖਤੀ ਆ ਉਹਨਾਂ 'ਚ ਤਾਂ ਟੋਕਰਾ ਤਾਂ ਰੋਟੀਆਂ ਨੂੰ ਖਾ ਜਾਂਦੇ ਨੇ, ਬਾਲਟੀਆਂ ਦੀਆਂ ਬਾਲਟੀਆਂ ਦੁੱਧ ਪੀਂਦੇ ਨੇ, ਬਾਹਲੇ ਹੀ ਲੋਕ ਦੇਖਣ ਆਉਂਦੇ ਨੇ ਉਹਨਾਂ ਨੂੰ ਤਾਂ ਦੂਰੋਂ ਨੇੜਿਓ। ਉਹ ਕਿਉਂ ਖੜਾ ਮਾਰਦੀਆਂ ਦੇਬੋ, ਉਹ ਕੋਈ ਉੱਪਰੋਂ ਵੀ ਥੱਲੇ ਆਉਂਦਾ ਹੁੰਦਾ, ਉਹ ਥੱਲੇ ਤਾਂ ਉੱਪਰ ਜਾਂਦੇ ਸੁਣੇ ਨੇ, ਉਹਦਾ ਕੋਈ ਠੱਗ ਚੋਰ ਹੋਣਿਆ, ਉਹ ਇਹਨਾਂ ਨੂੰ ਉਦੋਂ ਪਤਾ ਲੱਗੂ ਜਦੋਂ ਇਹਨਾਂ ਦਾ ਘਰ ਲੁੱਟ ਕੇ ਲੈ ਗਏ। ਕੋਈ ਪਤਾ ਨੀ ਜੀਤ, ਗੱਲ ਤਾਂ ਤੇਰੀ ਸੱਚੀ ਹੈ, ਸਾਧੂਆਂ ਦੇ ਭੇਸ ਚੋਰ ਤੁਰੇ ਫਿਰਦੇ ਨੇ। ਦੂ ਮੈਂ ਮੱਛੀਆਂ, ਮੇਰੀ ਤਾਂ ਬੱਕਰੀ ਸੂਣ ਵਾਲੀ ਤੀ, ਮੈਂ ਤਾਂ ਇੱਥੇ ਤੇਰੇ ਨਾਲ ਫਿਰਦੀਆਂ ਜਬੜੀਆਂ ਮਾਰਦੀ। ਇਹ ਮੱਛਰ ਬਦਮਾਸ਼ ਤੋਂ ਡਰ, ਮੱਛਰ ਬਦਮਾਸ਼ ਤੋਂ ਬਾਲੇ ਪੂਛ ਰਿਹਾ ਫਿਰਦਾ ਹੋ। ਲੈ ਬਈ ਜੀ ਚਾਹਦਾ ਦੇਖੀ ਜਾਊ, ਡਰ ਕੇ ਵਕਤ ਤਾਂ ਨਿਕਲਣਾ ਨੀ, ਜਵਾਕ ਵੀ ਪਾਲਣੇ ਨੇ। ਉਹ ਚਾਕੂ ਲੈ, ਤਲਵਾਰਾਂ ਲੈ, ਗਰਨੇਟ ਲੈ, ਬੰਬ ਲੈ, AK-47 ਲੈ, ਲੈ ਕੇ ਪਹਿਲਾ ਪਹਿਲਾ ਪਿਆਰ ਭਰ ਕੇ ਆਖੋ ਮੈਂ ਕੁਮਾਰ, ਜਾਦੂ ਨਗਰੀ ਸੇ ਆਇਆ ਹੈ ਕੋਈ ਜਾਦੂਗਰ, ਜਾਦੂ ਨਗਰੀ ਸੇ ਆਇਆ ਹੈ ਕੋਈ ਜਾਦੂਗਰ। ਓਏ ਗੁਪਤੇ ਬਈ, ਤੂੰ ਅੱਜ ਕੱਲ੍ਹ ਬੜੇ ਗੀਤ ਗਾਉਣਾ, ਕੀ ਗੱਲ? ਮਹਾਰਾਜ ਇਹ ਦੁਨੀਆ ਬੜੀ ਰੰਗਲੀ ਹੈ, ਮੇਰਾ ਤਾਂ ਇੱਥੋਂ ਜਾਣ ਨੂੰ ਦਿਲ ਨਹੀਂ ਕਰਦਾ। ਤੂੰ ਠੀਕ ਕਹਿਣਾ ਗੁਪਤਿਆ, ਮੇਰਾ ਵੀ ਇਸ ਧਰਤੀ ਤੇ ਬੜਾ ਦਿਲ ਲੱਗਿਆ, ਕਿੰਨੇ ਚੰਗੇ ਲੋਕ ਨੇ, ਪਰ ਉੱਤੇ ਆਪਣਾ ਸਾਰਾ ਕਾਰੋਬਾਰ ਠੱਪ ਹੋ ਗਿਆ ਹੋਣਾ। ਜੇ ਉੱਤੇ ਫੋਨ ਹੁੰਦੇ ਤਾਂ ਆਪਾਂ ਘੱਟੋ ਘੱਟ ਫੋਨ ਕਰਕੇ ਪੁੱਛ ਲੈਂਦੇ। ਦੇਖ ਲੈ ਗੁਪਤਿਆ, ਇੱਥੇ ਇਨਸਾਨਾਂ ਨੇ ਕਿੰਨੀ ਤਰੱਕੀ ਕਰ ਲਈ ਹੈ। ਹਾਂ ਮਹਾਰਾਜ, ਕਿੰਨੀਆਂ ਮਸ਼ੀਨਾਂ ਚੱਲਦੀਆਂ ਨੇ, ਕਿਹੋ ਜਿਹੀਆਂ ਮਸ਼ੀਨਾਂ ਨੇ, ਹਜ਼ਾਰਾਂ ਬੰਦਿਆਂ ਦਾ ਕੰਮ ਇਕੱਲੀਆਂ ਹੀ ਕਰੀ ਜਾਂਦੀਆਂ ਨੇ। ਬੱਚੇ ਬੱਚੇ ਕੋਲ ਮੋਬਾਈਲ, ਹਜ਼ਾਰਾਂ ਮੀਲ ਦੂਰ ਗੱਲ ਕਰ ਲਓ ਜਿੰਨੀ ਮਰਜ਼ੀ। ਓਏ ਗੁਪਤੇ, ਕੀ ਇਹ ਫੋਨ ਆਪਣੇ ਸਵਰਗਾਂ 'ਚ ਨਹੀਂ ਲੱਗ ਸਕਦੇ? ਪਰ ਮਹਾਰਾਜ ਭੋਲਾ ਕਹਿੰਦਾ ਸੀ ਪਹਿਲਾਂ ਉੱਥੇ ਟਾਵਰ ਲਾਉਣਾ ਪਊ, ਨਹੀਂ ਤਾਂ ਮੋਬਾਈਲ ਰੇਸ ਨਹੀਂ ਫੜਦੇ, ਇੱਥੇ ਤਾਂ ਪਿੰਡਾਂ ਵਿੱਚ ਵੀ ਰੇਸ ਬਹੁਤ ਘੱਟ ਆਉਂਦੀ ਹੈ। ਲੈ ਬਾਈ ਗੁਪਤੇ, ਭੈਣ ਦੇ ਦੇ ਅੱਜ ਮੈਂ ਤੈਨੂੰ ਸ਼ਾਹਰੁਖ ਖਾਨ ਦੀ ਫਿਲਮ ਦਿਖਾਉਂਗਾ। ਉਹ ਐਸ਼ਵਰੀਆ ਰਾਏ ਵੀ ਹੈਗੀ ਹੈ? ਹਾਂ ਹੈਗੀ ਆ, ਦੇਖੀ ਤਾਂ ਸਹੀ ਕਿੰਨੇ ਨਜ਼ਾਰੇ ਆਉਣਗੇ। ਗੁਸਤਾਖੀ ਲਈ ਸ਼ਮਾ ਕਰਨਾ ਮਹਾਰਾਜ, ਰਾਤ ਮੈਨੂੰ ਤਾਂ ਭੋਲੇ ਨੇ ਅੰਗਰੇਜ਼ੀ ਫਿਲਮ ਦਿਖਾਤੀ। ਦਿਲ ਮੰਗੇ ਮੋਰ। ਰੋਠੂ ਤੂੰ ਅੱਜ ਮੇਰੇ ਨਾਲ ਪੈ ਜੀ ਬਈ। ਨਾ ਨਾ ਨਾ, ਮੈਂ ਨੀ ਸੁਣਦਾ ਭੈਣ ਦੇਣ ਦਿਆ, ਤੂੰ ਤਾਂ ਖਰਾੜੇ ਬਹੁਤ ਮਾਰਦਾ, ਮਾਰ ਮਾਰ ਕੇ ਪਾਸੇ ਮੇਰੀਆਂ ਬੱਖੀਆਂ ਬਣਤੀਆਂ, ਨਾਲੇ ਤੇਰੀ ਦਾੜੀ ਬਹੁਤ ਚੁੱਕਦੀ ਆ ਮੇਰੇ। ਹੋਰ ਯਾਰ ਕੀ ਉਲੀਆ ਬਣਾ ਰੱਖਿਆ, ਇਹ ਤੇ ਕੀ ਦੱਸ ਅੰਬ ਲੱਗਦੇ ਨੇ, ਕਿੰਨੀ ਭੈੜੀ ਦਾੜੀ ਆ। ਇੱਕ ਗੱਲ ਕਹਾਂ, ਜੇ ਮੰਨੇਗਾ ਦਾੜੀ ਕਟਾ ਦੇ, ਮੇਰੇ ਚਾਚੇ ਵਾਂਗੂ ਵਧੀਆ ਬਣ ਜਾ। ਓਏ ਨਹੀਂ ਯਾਰ, ਮੈਨੂੰ ਇਹ ਸਰਦਾਰ ਲੋਕ ਬੜੇ ਵਧੀਆ ਲੱਗਦੇ ਨੇ, ਇਸ ਲਈ ਮੈਂ ਵੀ ਸਰਦਾਰ ਬਣੂੰਗਾ। ਹਾਂ ਕੱਲ ਤੂੰ ਪੱਗ ਬੰਨੀ ਤੇ ਹੁਣ ਨਾਲੇ ਤੂੰ ਧਰਮਰਾਜ ਸਿੰਘ ਮਾਨ ਆ। ਲੈ ਮਾਨ ਕਿਉਂ ਬਈ? ਇਹਨਾਂ ਮਾਨਾਂ ਦੀ ਪੰਜਾਬ ਵਿੱਚ ਬੜੀ ਚੜਾਈ ਆ, ਦੇਖ ਗੁਰਦਾਸ ਮਾਨ, ਹਰਭਜਨ ਮਾਨ, ਬੱਬੂ ਮਾਨ ਤੇ ਬਾਬੂ ਸਿੰਘ ਮਾਨ। ਹਾਂ ਠੀਕ ਹੈ ਬਈ, ਅੱਜ ਤੋਂ ਮੇਰਾ ਨਾਂ ਹੋਇਆ ਧਰਮਰਾਜ ਸਿੰਘ ਮਾਨ। ਫਿਰ ਅੱਜ ਤੁਹਾਨੂੰ ਅਸੀਂ ਆਪਣੇ ਪਿੰਡ ਦੀਆਂ ਬੁੜੀਆਂ ਦਾ ਗਿੱਧਾ ਦਿਖਾਉਣੇ ਆ। ਸਾਡੇ ਪਿੰਡ ਦੀਆਂ ਬੁੜੀਆਂ ਦਾ ਗਿੱਧਾ ਜਦੋਂ ਨੱਚਦੀਆਂ ਨੇ ਭੈਣ ਦਿੰਦੀਆਂ ਨੇ ਧਰਤੀ ਪੱਟ ਦਿੰਦੀਆਂ ਨੇ। ਅੱਛਾ, ਤੇ ਆਉਣ ਦੀ ਖੁਸ਼ੀ ਵਿੱਚ ਅੱਜ ਉਹ ਗਿੱਧਾ ਪਾ ਰਹੀਆਂ ਨੇ। ਕੀ ਬਾਤ ਹੈ ਚਮੁੰਡਾ ਮਹਾਰਾਜ ਜੀ ਜੋ ਗਾਰੀ ਵਰਸੀ ਕੱਟਣ ਗਏ ਤੇ ਗਾਰੀ ਵਰਸੀ ਕੱਟਣ ਗਏ ਤੇ ਕੱਟਕੇ ਦੇ ਅੰਦਰ ਤਾਰ ਭਾਗਾਂ ਬਾਇਆ ਦੇ ਧਰਮਰਾਜ ਕਰਿਆ ਭਾਗਾਂ ਬਾਇਆ ਦੇ ਧਰਮਰਾਜ ਕਰਿਆ ਦੇ 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 ਭਾਗਾਂ ਬਾਇਆ ਦੇ। ਫੇਰੀਏ ਨੀ ਤੈਨੂੰ ਮੇਰ ਲੱਗੇ ਉੱਪਰ ਲੱਗੇ ਗੜਾਉਂਦੇ ਨੀ ਦਿਨ ਛੜੇ ਦਖਾਮ ਫੁੱਕੇ ਲੈ ਲੈ ਸੌਂਦੇ ਨੀ ਦਿਨ ਛੜੇ ਦਖਾਮ ਫੁੱਕੇ ਲੈ ਲੈ ਸੌਂਦੇ ਨੀ ਦਿਨ ਛੜੇ ਦਖਾਮ ਫੁੱਕੇ ਲੈ ਲੈ ਸੌਂਦੇ ਨੀ ਦਿਨ ਛੜੇ।
ਦੱਸਿਆ ਨੀ ਵੀ ਮਾਰਿਆ ਕਿਨੇ
ਉਹਨੂੰ ਕੋਈ ਲੜੂ ਬੰਦਾ ਹੀ ਮਾਰ ਸਕਦਾ ਹੈ, ਮੱਛਰ ਬਦਮਾਸ਼ ਨੇ ਮਾਰਿਆ। ਹਾਏ ਹਾਏ ਮੱਛਰ ਬਦਮਾਸ਼ ਪੜਾਉਣ ਚ ਤਾਂ ਉਹਨੂੰ ਮੈਂ ਵੀ ਵਿੱਚ ਤੀ ਮੈਂ ਤਾਂ ਜਾਂਦੀ ਬਈ। ਹਾਏ ਹਾਏ ਉਹ ਲੈ ਬਈ ਕੱਲੇ ਬੁੜਿਆ, ਉਹ ਹੁਣ ਮੇਰੀ ਵਾਰੀ ਹੈ। ਉਹ ਮੁੰਡਿਆ ਉਹ ਭੋਲਾ ਕਿੱਥੇ ਹੈ? ਉਹਦਾ ਸ਼ਿਮਲੇ ਗਿਆ ਹੋਇਆ ਧਰਮਰਾਜ ਨੂੰ ਘੁਮਾਉਣ ਵਾਸਤੇ। ਉਹ ਧਰਮਰਾਜ ਨੂੰ ਛੇਤੀ ਬੁਲਾ ਲਓ, ਉਹ ਚ ਬਥੇਰੀਆਂ ਸ਼ਕਤੀਆਂ ਨੇ। ਜੇ ਧਰਮਰਾਜ ਆ ਗਿਆ ਹੋਰ ਨਾ ਗੰਢੇ ਗਲ ਜਾਣ, ਤੂੰ ਛੇਤੀ ਦਾਹ ਕਰਾਂ। ਪਰ ਵੱਡਾ ਇਹਦਾ ਫਾਹਾ। ਹਾਂ ਉਹ ਤਾਂ ਚਾਚਾ ਸ਼ਿਮਲੇ ਨੇ, ਉਹ ਆਉਣ ਨੂੰ 3-4 ਦਿਨ ਲੱਗ ਜਾਣਗੇ। ਉਹ ਜੇ ਪੁਲਿਸ ਕੇਸ ਬਣ ਗਿਆ ਬੰਨੀ ਦੇ ਮਰ ਜਾਓਗੇ। ਉਹ ਇਹਦਾ ਛੇਤੀ ਦਾਹ ਸੰਸਕਾਰ ਕਰੋ, ਪੋਸਟਮਾਰਟਮ ਕਰਕੇ ਡਾਕਟਰ ਬਹੁਤ ਪੈਸਾ ਭਾਲਦੇ ਨੇ, ਉਹ ਨਾਲੇ ਲਾਸ਼ ਦੀ ਬੇਅਦਬੀ ਹੁੰਦੀ ਹੈ। ਹਾਂ ਚਾਚਾ, ਕਿਤੇ ਹੋਰ ਨਾ ਡਾਕਟਰ ਮੇਰੇ ਪਿਓ ਦਾ ਕੀਮਤੀ ਸਮਾਨ ਕੱਢ ਲੈਣ। ਓਏ ਹੋਰ ਭਤੀਜਾ, ਉਹ ਨਾਲੇ ਸੂਏ ਨਾਲ ਸਿਉਂਕੇ ਫੜਾ ਦਿੰਦੇ ਨੇ ਲਾਸ਼ ਨੂੰ। ਓਏ ਐਂ ਕਰੋ ਮੁੰਡਿਓ, ਚੱਕੋ ਇਹਨੂੰ, ਛੇਤੀ ਨਮਾ ਲਓ, ਦੇਰੀ ਨਾ ਕਰੋ ਨਾਲੇ। ਉਹ ਨਮਾਉਣ ਦੀ ਕੀ ਲੋੜ ਹੈ ਚਾਚਾ, ਨਹਾਉਂਦਾ ਹੀ ਮਰਿਆ। ਹਾਏ ਬਾਪੂ, ਹਾਏ ਭੋਲਿਆ। ਉਹ ਕੋਈ ਗੱਲ ਨੀ ਮੁੰਡਿਆ, ਤੂੰ ਹੌਸਲਾ ਰੱਖ, ਰੱਬ ਦੇ ਪਹਾੜੀ ਨੂੰ ਮੰਨ, ਜਿਹੜਾ ਕੁਛ ਕਰਦਾ ਠੀਕ ਕਰਦਾ। ਚਲੋ ਚੱਕੋ ਇਹਨੂੰ, ਸੰਸਕਾਰ ਦੀਆਂ ਤਿਆਰੀਆਂ ਕਰੋ। ਚੱਲ ਰੋ ਨਾ, ਬਸ ਕਰ। ਦੇਖਿਆ ਮਹਾਰਾਜ, ਉੱਥੇ ਕਿੰਨੀ ਠੰਡ, ਬਰਫੀ ਬਰਫ, ਇੱਥੇ ਕਿੰਨੀ ਗਰਮੀ ਹੈ। ਆ ਜਾਓ ਜੀ, ਆ ਜਾਓ, ਆ ਜਾਓ। ਓਏ ਉਹ ਤੁਸੀਂ ਐਂ ਬੈਠੇ ਹੋ ਜਿਵੇਂ ਬਾਪੂ ਮਰ ਗਿਆ ਹੁੰਦਾ। ਹਾਂ ਬੋਲੇ, ਓਏ ਬਾਪੂ ਮਰ ਗਿਆ। ਓਏ ਬਾਪੂ ਆ, ਬਸ ਬਸ ਤੇਰੀ ਦਿਮਾਗ ਦੀ ਨਾਲੀ ਵੱਜ ਜੂ। ਮੈਨੂੰ ਵਿਆਹ ਕੇ ਜਾ ਮਰ ਜਾਂਦਾ। ਮੱਛਰ ਬਦਮਾਸ਼ ਨੇ ਗੋਲੀ ਮਾਰੀ ਪੁਰਖੀ ਚ, ਨਹਾਉਂਦੇ ਨੂੰ ਬਾਹਰ ਲੈ ਗਿਆ, ਸਾਥਲ ਚ ਜਾ ਕੇ ਮਾਰਤਾ। ਬਸ ਇੱਕ ਗੋਲੀ ਨਾਲ ਹੀ ਮਰ ਗਿਆ। ਮਹਾਰਾਜ ਉਹਦੀ ਮੌਤ ਇਸੇ ਤਰ੍ਹਾਂ ਲਿਖੀ ਸੀ। ਮਹਾਰਾਜ ਸਾਨੂੰ ਸਾਡਾ ਬਾਪੂ ਚਾਹੀਦਾ। ਬੱਚਾ ਉਹ ਹੁਣ ਮਰ ਚੁੱਕਾ ਹੈ, ਤੇ ਮਰਨ ਵਾਲੇ ਕਦੇ ਵਾਪਸ ਨਹੀਂ ਆਉਂਦੇ। ਸਭ ਕੁਝ ਤੁਹਾਡੇ ਹੱਥ ਵਿੱਚ ਹੈ, ਤੁਸੀਂ ਚਾਹੇ ਰੱਖ ਸਕਦੇ ਹੋ ਮਹਾਰਾਜ, ਤੁਸੀਂ ਚਾਹੇ ਮਾਰ ਸਕਦੇ ਹੋ। ਨਹੀਂ ਬੱਚਾ, ਜੋ ਕੁਝ ਲਿਖਿਆ ਉਹੀ ਹੁੰਦਾ। ਸਾਨੂੰ ਨਹੀਂ ਪਤਾ ਤੁਹਾਡੇ ਤੋਂ ਲੈਣਾ ਸਾਡਾ ਬਾਪੂ, ਭੈਣ ਤੇਰੇ ਤੋਂ ਕਿੰਨੀ ਆੜੀ ਆ ਆਪਣੀ। ਓਏ ਛੱਡ ਰੋਡੂ, ਕਾਹਨੂੰ ਯਾਰ ਇਹਨਾਂ ਦਾ ਟਾਈਮ ਖਰਾਬ ਕਰਦੇ ਹੋ, ਵਿਚਾਰੇ ਥੱਕੇ ਹੋਏ ਨੇ। ਅਸੀਂ ਉਹਨਾਂ ਚਿਰ ਅੰਨ ਪਾਣੀ ਮੂੰਹ ਨਹੀਂ ਲਾਉਂਦੇ ਜਿੰਨਾ ਚਿਰ ਸਾਡਾ ਬਾਬਾ। ਇਹ ਸਾਡੇ ਦੋਨਾਂ ਦਾ ਆਖਰੀ ਫੈਸਲਾ। ਪਰ ਪੁੱਤਰ ਉਹਦਾ ਸਰੀਰ ਚੱਲ ਚੁੱਕਾ ਹੈ, ਪਰ ਹਾਂ ਆਤਮਾ ਕਿਸੇ ਹੋਰ ਚ ਪ੍ਰਵੇਸ਼ ਕਰ ਸਕਦੀ ਹੈ। ਓਏ ਚਿੱਤਰਗੁਪਤ ਚੁੱਪ ਕਰ ਜਾ, ਉੱਪਰ ਦੀਆਂ ਗੱਲਾਂ ਥੱਲੇ ਨਹੀਂ ਦੱਸੀਆਂ ਹੁੰਦੀਆਂ। ਸੌਰੀ ਮਹਾਰਾਜ, ਸਾਨੂੰ ਨਹੀਂ ਪਤਾ, ਜਿਵੇਂ ਮਰਜ਼ੀ ਕਰੋ, ਸਾਡਾ ਬਾਪੂ ਚਾਹੀਦਾ। ਨਾ ਪੁੱਤਰ ਰਹਿਣ ਦੇ, ਉਹਦੀ ਜਿੰਨੀ ਲਿਖੀ ਤੀ ਓਨੀ ਉਹਨੇ ਭੋਗ ਲਈ। ਚੁੱਪ ਕਰ ਪਾਪੇ, ਮੈਂ ਵੀ ਤਾਂ ਇੱਕ ਦਿਨ ਬੁੜਾ ਹੋਣਾ। ਅਸੀਂ ਫਿਰ ਜਿਉਂਗੇ, ਕੀ ਕਰਾਂਗੇ? ਮਹਾਰਾਜ ਬੱਚੇ ਜਿੱਦ ਕਰਦੇ ਨੇ, ਮੰਨ ਲਓ। ਚਿੱਤਰਗੁਪਤ, ਫਿਰ ਕੋਈ ਐਸਾ ਪ੍ਰਾਣੀ ਦੇਖ ਜਿਹਦੇ ਵਿੱਚ ਕੱਲੇ ਬੁੜੇ ਦੀ ਆਤਮਾ ਪਾ ਸਕੀਏ। ਹਾਂ ਮਹਾਰਾਜ, ਕੋਈ ਜੈਂਕੀ ਜਿਹਾ ਬੰਦਾ ਦੇਖਿਓ, ਸ਼ਰੀਫ ਜਿਹਾ। ਮਹਾਰਾਜ ਇੱਕ ਜੱਗਾ ਨਾਂ ਦਾ ਬੰਦਾ ਹੁਣੇ ਤਾਜ਼ਾ ਤਾਜ਼ਾ ਮਰਿਆ ਹੈ। ਮਹਾਰਾਜ ਦੀ ਜੈ ਹੋ। ਮਹਾਰਾਜ ਮੈਂ ਕਿੱਥੇ ਚਲਾ ਗਿਆ ਤੀ, ਮੇਰੇ ਤਾਂ ਗੋਲੀ ਵੱਜੀ ਤੀ। ਰੋਡੂ ਪੁੱਤ, ਬਾਬਾ ਲੈ, ਇਹ ਕਿੱਥੇ ਸਾਡਾ ਬਾਬਾ? ਮੇਰੇ ਸ਼ੇਰੋ ਆ ਜਾਓ, ਮੇਰੇ ਕੋਲੇ ਆ ਜਾਓ। ਨਹੀਂ ਮਹਾਰਾਜ, ਇਹ ਨਹੀਂ ਸਾਡਾ ਬਾਬਾ ਹੈਗਾ। ਬੱਚਾ ਲੋਕ, ਇਹਦੇ ਵਿੱਚ ਜੋ ਆਤਮਾ ਹੈ ਉਹ ਤੁਹਾਡੇ ਬਾਬੇ ਦੀ।
ਟਾਈਮ ਮੈਂ ਮਰ ਗਈ। ਜਾਨ ਹੀ ਕੱਟਦੀ ਸੀ ਵੈਰੀਆ, ਇਹ ਕਿਸਮਤ ਵਾਰ ਵਾਰ ਨਾ ਤੇਰੇ ਨਾਲ ਕਿਉਂ ਟੱਕਰਾਂ ਮਰਵਾਉਂਦੀ ਹੈ। ਵੀ ਪਰਦੇਸੀਆ, ਜਦੋਂ ਦਾ ਮੈਂ ਤੈਨੂੰ ਵੇਖਿਆ ਮੈਨੂੰ ਨੀਂਦ ਹੀ ਨਹੀਂ ਆਉਂਦੀ। ਹਾਂ ਵੀ ਕਹਿਣਾ ਭੁੱਲ ਗਈ, ਭੁੱਖ ਹੀ ਨਹੀਂ ਲੱਗਦੀ। ਵੇਖ ਲੈ ਤੇਰੇ ਸਾਹਮਣੇ ਸੁੱਕ ਕੇ ਤੀਲਾ ਹੋ ਗਈਆਂ। ਤੂੰ ਕਿੱਥੋਂ ਦਾ ਰਹਿਣ ਵਾਲਾ ਹੈ? ਪਰਲੋਕ ਦਾ। ਇਹ ਕਿਹੜੇ ਪਿੰਡ ਕੋਲ ਹੈ? ਹੈ, ਤੂੰ ਬਿਲਕੁਲ ਨਹੀਂ ਜਾਣਦੀ? ਮੈਂ ਧਰਮਰਾਜ ਹਾਂ, ਪਰ ਹੁਣ ਮੇਰਾ ਨਾਂ ਧਰਮਰਾਜ ਸਿੰਘ ਮਾਨ ਰੱਖਿਆ ਰੋਡੂ ਹੋਰਾਂ ਨੇ, ਕਿਉਂਕਿ ਪੰਜਾਬ 'ਚ ਮਾਨਾਂ ਦੀ ਚੜ੍ਹਾਈ ਹੈ ਅਤੇ ਹਰੇਕ ਬੰਦਾ ਆਪਣੇ ਨਾਂ ਪਿੱਛੇ ਮਾਨ ਲਾਈ ਜਾਂਦਾ। ਜੇ ਤੇਰਾ ਤੇ ਮੇਰਾ ਵਿਆਹ ਹੋ ਗਿਆ ਨਾ, ਫਿਰ ਤਾਂ ਮੈਂ ਵੀ ਪੁੱਛਰੋਂ ਮਾਨਣੀ ਹੋ ਜਾਊਂਗੀ। ਮੈਂ ਸਮਝਿਆ ਨਹੀਂ, ਤੂੰ ਕੀ ਚਾਹੁੰਦੀ ਹੈ ਬਲ ਕੇ? ਤੈਨੂੰ ਹੋਰ ਕੀ ਮਿਲੇ ਛਿੰਬੇ ਨੂੰ? ਇਹ ਪੁੱਛਰੋਂ ਦਾ ਦਿਲ ਹੈ, ਤੇਰੇ ਤੇ ਪਹਿਲੀ ਵਾਰ ਆਇਆ। ਹੱਥਾਂ 'ਤੇ ਮਹਿੰਦੀ ਲਾ ਦੇ, ਬਾਹੀ ਚੂੜਾ ਪਾ ਕੇ ਡੋਲੀ ਵਿੱਚ ਪਾ ਕੇ ਲੈ ਜਾ ਕੂੰਜ ਵਰਗੀ ਨਾਰ ਨੂੰ। ਮੈਂ ਤੇਰੀ ਚਮੁੰਡਾ, ਮੈਂ ਤੇਰੀ ਸੇਵਾ ਕਰੂੰਗੀ ਸਵਾਮੀ। ਤੇਰਾ ਤੇ ਮੇਰਾ ਵਿਆਹ ਨਹੀਂ ਹੋ ਸਕਦਾ ਪੁੱਛਰੋ। ਕਿਉਂ ਨਹੀਂ ਹੋ ਸਕਦਾ? ਸੋਹਣੀ ਆ, ਦੁੱਧ ਵਰਗਾ ਚਿੱਟਾ ਰੰਗ ਹੈ ਮੇਰਾ, 125 ਫੁੱਲਾਂ ਜਿੰਨਾ ਭਾਰ ਹੈ। ਹੁਣ ਤਾਂ ਮੈਂ ਭੂਤ ਪ੍ਰੇਤ ਕੱਢਣੇ ਵੀ ਛੱਡਤੇ। ਆ ਭੋਲੇ ਲੋਕਾਂ ਨੂੰ ਵਹਿਮਾਂ ਭਰਮਾਂ 'ਚ ਪਾ ਕੇ ਲੁੱਟਦੀ ਰਹੀ, ਇਸੇ ਕਰਕੇ ਤਾਂ ਛੜੀ ਰਹਿ ਗਈ। ਹੁਣ ਤਾਂ ਮੈਂ ਤੇਰੀ ਦਾਸੀ ਆ ਸਵਾਮੀ। ਪਰ ਤੂੰ ਆਪਣੇ ਦਿਲ ਤੇ ਹੱਥ ਰੱਖ ਕੇ ਕਹਿ, ਤੈਨੂੰ ਮੈਂ ਚੰਗੀ ਨਹੀਂ ਲੱਗਦੀ? ਤੂੰ ਤਾਂ ਚੰਦ ਦਾ ਟੁਕੜਾ ਹੈ, ਸੱਚ ਪੁੱਛੇ ਤਾਂ ਇੰਦਰ ਦੇ ਖਾੜੇ ਦੀ ਪਰੀ ਲੱਗੇ, ਪਰ ਜੇ ਪਤਲੀ ਹੋ ਜੇ ਤਾਂ ਰੱਬ ਨੇ ਤੈਨੂੰ ਮੇਰੇ ਵਾਸਤੇ ਬਣਾਇਆ। ਪਰ ਬਾਲਕੇ, ਤੇਰੇ ਤੇ ਮੇਰੇ ਸੰਜੋਗ ਕਦੇ ਨਹੀਂ ਮਿਲ ਸਕਦੇ। ਜਦ ਤਕਦੀਰਾਂ ਮਿਲ ਜਾਣ, ਦਿਲ ਮਿਲ ਜਾਣ, ਫਿਰ ਸੰਜੋਗ ਤਾਂ ਆਪੇ ਹੀ ਮਿਲ ਜਾਂਦੇ ਨੇ। ਸਵਾਮੀ ਜੀ, ਮੈਂ ਤੇਰਾ ਇੰਤਜ਼ਾਰ 7 ਜਨਮਾਂ ਤੱਕ ਕਰ ਸਕਦੀ ਹਾਂ। ਚੰਗਾ, ਮੈਂ ਚੱਲਦਾ, ਨਹੀਂ ਤਾਂ ਲੋਕ ਕਹਿਣਗੇ ਧਰਮਰਾਜ ਸਿੰਘ ਮਾਨ ਆਸ਼ਕੀ ਕਰਦਾ ਫਿਰਦਾ। ਚੰਗਾ। ਅੱਖ ਕਦੇ ਪੁੱਛ ਸਾਡਾ ਹਾਲ, ਹੱਥ ਕਾਲ ਜਿੱਤੇ ਰੱਖ, ਤੇਰੇ ਵਾਰੀ ਕੀ ਨਾ ਕੋਈ ਹੀਰਾ ਹੋਣ ਗੀਆਂ ਲੱਖ, ਤੇਰੀ ਆਈ ਤੋਂ ਬਿਲੋ ਮੈਂ ਮਰ ਜਾਵਾਨੀ, ਲੋਗੜੀ ਦਾ ਫੁੱਲ ਬਣ ਕੇ ਤੇਰੀ ਇੱਕ ਤੇ ਲਟਕ ਦਾ ਆਵਾਨੀ, ਲੋਗੜੀ ਦਾ ਫੁੱਲ ਬਣ ਕੇ। ਹੌਲੀ ਫੁੱਲ ਤਿੱਤਰਾਂ ਦੇ ਫੰਗ ਵਰਗੀ, ਚੱਟੀ ਮੇਲੀ ਜੱਟ ਨੂੰ ਪਤੰਗ ਵਰਗੀ, ਲਾਲ ਸੂਹੀ ਜੱਟਾਂ ਤੇਰੀ ਪੱਗ ਵਰਗੀ, ਧੁੱਪ ਵਿੱਚ ਲੱਗਾ ਨੀਰੀ ਅੱਗ ਵਰਗੀ। ਹੌਲੀ ਫੁੱਲ ਤਿੱਤਰਾਂ ਦੇ ਫੰਗ ਵਰਗੀ, ਚੱਟੀ ਮੇਲੀ ਜੱਟ ਨੂੰ ਪਤੰਗ ਵਰਗੀ, ਲਾਲ ਸੂਹੀ ਜੱਟਾਂ ਤੇਰੀ ਪੱਗ ਵਰਗੀ, ਧੁੱਪ ਵਿੱਚ ਲੱਗਾ ਨੀਰੀ ਅੱਗ ਵਰਗੀ। ਸਾਂਭ ਸਾਂਭ ਰੱਖਾ ਕੱਚ ਦੇ ਸਮਾਨ ਨੂੰ, ਇਹੋ ਹੀ ਫਿਕਰ ਵਸ ਰਹਿੰਦਾ ਜਾਨ ਨੂੰ, ਸਾਂਭ ਸਾਂਭ ਰੱਖਾ ਕੱਚ ਦੇ ਸਮਾਨ ਨੂੰ, ਇਹੋ ਹੀ ਫਿਕਰ ਵਸ ਰਹਿੰਦਾ ਜਾਨ ਨੂੰ। ਜਾਵੇ ਨਾ ਤੜਕ ਕਿਤੇ ਵੰਗ ਵਰਗੀ, ਚੱਟੀ
ਵੇਲੀ ਜੱਟ ਨੂੰ ਪਤੰਗ ਵਰਗੀ ਓ ਜਾਵੇ ਨਾ ਤੜਕ ਕਿਤੇ ਵੰਗ ਵਰਗੀ ਜੱਟੀ ਵੇਲੀ ਜੱਟ ਨੂੰ ਪਤੰਗ ਵਰਗੀ ਮਹਾਰਾਜ ਇਹ ਤਾਂ ਮੇਰੇ ਕੋਲ ਵੀ ਨੀ ਪੜ੍ਹੇ ਜਾ ਰਹੇ। ਇਸ ਤਰ੍ਹਾਂ ਕਰਦੇ ਹਾਂ ਮਹਾਰਾਜ, ਕਿਸੇ ਬੁੱਧੀਜੀਵੀ ਕੋਲੋਂ ਪੜਵਾਉਂਦੇ ਹਾਂ, ਉਹ ਵੇਖੋ ਦੋ ਬੱਚੇ ਉਹਨਾਂ ਕੋਲੋਂ ਪੜਵਾ ਲੈਂਦੇ ਹਾਂ। ਬੱਚਾ ਲੋਕ ਇੱਧਰ ਆਓ, ਤੁਹਾਡੇ ਜੋ ਪੜ੍ਹਨਾ ਕਿਹਨੂੰ ਆਉਂਦਾ? ਆਹੋ ਤਾਂ ਕੀ ਸਿਰੇ ਪਾਉਣੇ ਨੇ? ਓ ਮੈਨੂੰ ਬਿਲਕੁਲ ਯਕੀਨ ਨਹੀਂ ਕਿ ਤੁਹਾਨੂੰ ਪੜ੍ਹਨਾ ਆਉਂਦਾ। ਓ ਜਿਹਨੂੰ ਪੜ੍ਹਨਾ ਆਉਂਦਾ ਉਹ ਖਤ ਪੜ੍ਹ ਕੇ ਵਿਖਾਓ, ਜਿਹੜਾ ਸਭ ਤੋਂ ਵਧੀਆ ਪੜ੍ਹੇਗਾ ਮੈਂ ਉਹਨੂੰ ਇਨਾਮ ਦਿਆਂਗਾ। ਮੈਂ ਪੜੂੰਗਾ, ਮੈਂ ਪੜੂੰਗਾ, ਮੈਂ ਪੜੂੰਗਾ। ਓਏ ਪਹਿਲਾਂ ਮੈਂ ਪੜੂੰਗਾ। ਓਏ ਅੱਜ ਮੁੰਡਾ ਲੜਦਾ ਕਿਉਂ? ਓਏ ਪਹਿਲਾਂ ਰੋਡੂ ਨੂੰ ਪੜ੍ਹਨ ਦੇ, ਰੋਡੂ ਤੂੰ ਚਮੁੰਡਾ ਵੱਲ ਕੇ ਪੜ੍ਹੋ। ਜਦੋਂ ਦਾ ਤੈਨੂੰ ਮੈਨੇ ਦੇਖਿਆ ਸੀਂਡ ਨਹੀਂ ਆਉਂਦੀ। ਓਏ ਸੀਂਡ ਨਹੀਂ, ਮੈਨੂੰ ਨੀਂਦ ਨਹੀਂ ਆਉਂਦੀ। ਮੈਂ ਮਨ ਹੀ ਮਨ ਚ ਤੈਨੂੰ ਆਪਣਾ ਪਿਤਾ ਸਤਿਕਾਰ ਕਰ ਲਿਆ ਹਾਂ। ਓਏ ਪਿਤਾ ਨਹੀਂ ਪਤੀ ਸਤਿਕਾਰ ਕਰ ਲਿਆ ਹੈ। ਬੇਸ਼ੱਕ ਮੇਰੇ ਤੋਂ ਹਜ਼ਾਰਾਂ ਮੁੰਡੇ ਮਰ ਗਏ ਹਨ, ਪਰ ਮੈਂ ਤੇਰੇ ਤੇ ਸੜਦੀ ਹਾਂ। ਬੇਸ਼ੱਕ ਮੇਰੇ ਤੇ ਹਜ਼ਾਰਾਂ ਮੁੰਡੇ ਮਰਦੇ ਨੇ, ਪਰ ਮੈਂ ਤੇਰੇ ਤੇ ਮਰਦੀ ਹਾਂ। ਅੱਛਾ ਮੇਰੇ ਤੇ ਮਰਦੀ ਹੈ ਚਮੁੰਡਾ? ਰਿੰਗ ਨਾ ਓਏ, ਤੁਸੀਂ ਬਹੁਤ ਕਮੀਨੇ ਆਦਮੀ ਹੋ। ਓਏ ਕਮੀਨੇ ਨਹੀਂ, ਤੁਸੀਂ ਬਹੁਤ ਸ਼ਕੀਨ ਆਦਮੀ ਹੋ। ਮੈਨੂੰ ਤੁਹਾਡੀਆਂ ਪੁੱਛਾਂ ਬਹੁਤ ਵਧੀਆ ਲੱਗਦੀਆਂ ਨੇ। ਪੁੱਛਾਂ ਨਹੀਂ ਮੁੱਛਾਂ, ਮੁੱਛਾਂ। ਤੇਰੇ ਪਿਆਰ ਨੇ ਮੈਨੂੰ ਕਸਾਈ ਕਰ ਦਿੱਤਾ ਹੈ। ਓਏ ਕਸਾਈ ਕਰ ਨਹੀਂ ਸਦਾਈ ਬਣਾ ਦਿੱਤਾ ਹੈ। ਮੈਂ ਤੈਨੂੰ ਮੇਣੇ ਦੇਣਾ ਚਾਹੁੰਦੀ ਹਾਂ। ਮੇਣੇ ਨਹੀਂ ਤੈਨੂੰ ਮੈਂ ਮਿਲਣਾ ਚਾਹੁੰਦੀ ਹਾਂ। ਮੈਂ ਤੈਨੂੰ ਇਲੂ ਇਲੂ ਕਰਦੀ ਹਾਂ। ਇਲੂ ਇਲੂ ਕਿਆ ਹੈ? ਇਲੂ ਕਾ ਮਤਲਬ ਆਈ ਲਵ ਯੂ। ਤੇਰੇ ਖਚਰੂ। ਓਏ ਤੇਰੀ ਪੁਚਰੋ, ਖਚਰੋ ਨੀ ਉਹ ਬਾਵੀ ਧਰਮੂ ਬੜੀ ਮੇਥੀ ਮਾਰੀ ਆ, ਟੀਸੀਆ ਤਰਬੂਜ ਤੋੜਿਆ, ਬਹੁਤ ਘੈਂਟ ਪੁਰਜਾ ਟਕਾਇਆ। ਵਿਆਹ ਕਰਾ ਲੈ ਤੇ ਮੇਰਾ ਬਾਪੂ ਨਾ ਮੇਥੀ ਮਾਰ ਜੇ, ਫਿਰ ਝਾਕੇਗਾ ਜਿਵੇਂ ਧੁੰਦ ਚੋਂ ਗਧਾ ਝਾਕਦਾ ਹੁੰਦਾ। ਸਾਡੇ ਵਾਲੇ ਬਾਬੇ ਨੇ ਤਿੰਨ ਵਿਆਹ ਕਰਾਏ ਨੇ। ਓਏ ਤੂੰ ਤਾਂ ਮਾਂ ਦੇ ਆ ਪੁੱਤਾ ਛੜਾ ਹੀ ਫਿਰਦਾ। ਮੈਂ ਵਿਚੋਲਾ ਬਣ ਜਾਣਾ। ਸੁਣ ਹੋ ਗਿਆ, ਕੀ ਹੋ ਗਿਆ ਭੈਣ ਦੇਣੇ ਦਿਆਂ? ਗੱਲ ਤੇਰੇ ਕੋਲ ਰਹੇ ਕਿਸੇ ਹੋਰ ਨੂੰ ਨਾ ਦੱਸ, ਕਿਸੇ ਹੋਰ ਨੂੰ ਨਾ ਦੱਸ, ਕਾਲੀ ਦੂਰ ਨੂੰ ਨਾ ਦੱਸ, ਨਾਲੇ ਹੋਣ ਦੀ ਕੁੜੀ ਤੋਂ ਤੈਨੂੰ ਕੀ ਪੈਣ ਜਾ। ਮੇਰੇ ਉੱਠਣ ਕਲੇ ਦੇ ਵਿੱਚ ਕੂਤ ਕੂਤੀਆਂ, ਮੈਂ ਕੋਈ ਕਜੀਆ ਪੈਣ ਤੋਂ ਵੀ ਡਰਦਾ। ਤੁਝ ਪਤਾ ਵੀ ਤਾਂ ਲੱਗੇ ਤੇਰੇ ਦਿਲ ਵਿੱਚ ਕੀ, ਕੁੜੀ ਵੇਖ ਕੇ ਕੋਰੜੇ ਚੰਦ ਵਰਗੀ, ਤੇਰਾ ਪਿਆਰ ਕਰਨ ਨੂੰ ਜੀ ਕਰਦਾ। ਪ੍ਰਾਹੁਣਾ ਦਾਰੂ ਪੀਣੀ ਛਿੱਤਰ ਖਾਣੇ ਸਾਡੇ ਪਾ ਦੀ ਹਾਸੀ।
आटा नहीं पड़ोले चूहे लेंदे फिरन तलाशी। ले यार तू भी ला ले धर्म सिंह भाई, ला के ता देख कंधा भी भरजाइया लगन गियां कंधा। चमुंडा तेरा मुंडा लौटना आया। ओए की बकरे है तू, देवता लोग नहीं पींदे, इतना राक्षस लोग पींदे ने, जा फिर तुसी जट पीने हो। ओ तू पीला पीला, तू केड़ा गां दी सलमान खान है, तू भी राक्षसी है। ओए पापी लोग, तुसी मैनू राक्षस कहने हो? असि किथे कहने यार, पीती च कहा जांदा है, नाले पीती च ता भाई माफ हुंदा है। ए मेरे सारे दी अंदर गई नी बंदे नु नजारे आवे नी। ओला मैनू पा दे भाई, तैनू ता सब वधिया वधिया लगदा है। भाई धर्मू, ओ धर्म सिया भाई, मुस्सा होण ता तेरे वर्गियां होण, वरना होण ही ना यार। ओ भाई कई बंदियां दी मुच्छ दा करोड़ मुल हुंदा, करोड़ जिवें अपने धर्मू भाई दी दा। कई मर्दा दी मुच्छ भस्म हुंदी है जिवें मेरी है। ओए ताही ता गीत बनदे ने मेरी मुच्छ दे, अखे हट पिछे मित्रां दी मुच्छ दा सवाल है। देख धर्मू तू साडा भाई, असी तेरे भाई, तेरा नाम सुन के लोकां दा मूत निकल जांदा है, असी ते तो डरदे नहीं क्योंकि तू साडा पगवट भरा है। भाई भाई जदों तू चला गया साडा सी नहीं लगना। एहो जी लिहाज किसे होर नाल पाई ओए, तैनू मेरे नाल ही जाना पैना। शरीर च आत्मा पाती फिर है किवें, मैं नहीं जाता जुंदा दोबारा फिर आत्मा किवें निकलू। आत्मा ता मैं बिंद च कढ लूं, एक दो दिन तक आपां ने चलना है, ऐश कर ले, खा पी मौजां कर ले, जिनू मिलना मिल ले हुण। भाई जिवें धर्मू कहंदा ठीक है। ओ की ठीक है ओए, तू मेरे तो जान कटनेगा, ओ यार मार करेगा, ओ मैं तो अपने बच्चे च रहूं, मेरा दुनिया छड्डण नू जी नहीं करदा, सुरगा च मैं तो रहा नहीं जाना, आ मेरा लक्ष्मण वर्गा भरा छड्डूंगा मैं, ओए ओ सीता वर्गी घर वाली छड्डू, ओ दशरथ वर्गा प्यो छड्डूंगा मैं, ओए ओ निक्के निक्के मासूमा दा की बनूंगा, मेरे बिना मेरे प्यो दी सेवा कौन करूंगा, मेरी तीवी भज जू चको। महाराज चको इनू, ए ता साला हो गया शराबी, चलो इनू घरे लेके चलिए जी। हुण धर्मू हथो भाई ना करी, मैं आप भग जू, आप भग जू मैं। ओए चुप करके बह जा, चल कर जाना भाई चल। जाना गल होगी रोडू, आज स्कूल नहीं आना? कल यार साडा भार तोल लिया थी। ओ फिर की हो गया? मेनू शक है किते भैन दे अंदर मास्टर वेच ना देन। नहीं ओए ओ ता डॉक्टर चेक करन आई थी यार, आ सवाल आउंदे ही नहीं। की ओए ऑपरेशन करन वेले डॉक्टर मरीज नु बेहोश क्यों करदे ने? ओए इसलिए कि मरीज ऑपरेशन करना ही ना सिख जान। ओए 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 स्कूल भाग जाओ ਹਾਲੀ ਗੰਦੀ ਲਾ ਦੋ ਧੋਕੇ ਜਮ ਲੈਂਦਾ। ਮੈਂ ਤਾਂ ਬਾਬਾ ਤਿਆਰ ਆ, ਆ ਰੋਡੂ ਦਾ ਹੀ ਮੂਡ ਖਰਾਬ ਆ। ਕਿਉਂ ਕੀ ਹੋਇਆ ਉਹ ਤੇਰੇ ਮੂਡ ਨੂੰ ਰੋਡੂ? ਉਹ ਤੇਰੀ ਸਭ ਤੋਂ ਵੱਡੀ ਗੰਦੀ ਲਾਜ, ਜਾ ਦੇਖ ਕਿਵੇਂ ਸੁਪਨਿਆਂ 'ਚ ਪ੍ਰਦੂਸ਼ਣ ਫੈਲਾ ਰਿਹਾ। Thank you.
कसूर होया दोवां नूं सरूर होए दोवे मजबूर हुण मिलिया करांगे सरआम सोणिए प्यार करिया करांगे सुबह शाम सोणिए प्यार करिया करांगे सुबह शाम सोणिए नाम तेरा रेत ते नैना चो पिला दे मैनू जाम सोनिए प्यार करिया करांगे सुबह शाम सोनिए प्यार करिया करांगे सुबह शाम सोनिए देख साला सपने च की लुचपने करता है ओए करता नजारा खराब ओए देख जुत्ती मार ठुड्डा मार पर मेरे सपने च ना दखल अंदाजी ना देई सैना बैना मुंडे खुंडे दे सपने भंग करता फिरदा है जे मारी ना डांग भज तेनु थां नहीं थौनी ए डुप्लीकेट जे बंदे ने अड्ड तपा ले शरीर भी बदल गया पर आदतां नहीं इहदियां बदलियां ओए सालियो कोई कम कार कर लो सौदा मुक्या पिया सेवा कर लो क्यों थोड़े कर्म माड़े ने चल ओए अपने वालों फुल मुकम्मल बंदिया कम करन दी कोशिश कर ले जी तू देसी घी दा पीपा जरूर लेके आई कड़ा तां बाला ही खांदे ने कल एडी बड़ी कड़ाही भर के बनाई सी कड़ा दी सारी खा गए और कुछ मंगवाना है ता दस नाले गल सुनो बदलवी सब्जी बनाई अब पैसे तां घट घट नेगे सरना नहीं है मिला दा। ला, आरतियां ने फड़ ली कुछ नहीं हुंदा जे सिर चढ़ भी गए पैसे ता हत्थां दी मैल ने साधु महात्मा दी सेवा ता किस्मत वाले नु नसीब हुंदी है चंगा फिर मैं जाना तू खीर धर ली अज ओ जोड़ी जदों जवारे चढ़दी तन्नू वेख गवांडन सरदी आ चक भाभी आ साग धर दे करा मैं मक्की दे आटे दा गट्टा लेणा जाके दुकान तो लो कल गुप्ता अंकल कहंदे मैं ता साग खाणा फिर मैं बलबीरो के घरों लेके आई चल चंगा मैं जाना पैरी पहनी है धन भाग साढ़े आ जाओ बैठो जी मैं चाह बना के लियानी है बस बस बालके मैं तो लंगी जा रही सी मैं सोचिया सिंदर नु मिल जावा पर देसी बैबू जी नजर नहीं आंदे सीढ़ियां खरीदन गए ने जी फिल्मा दिया आज मैं खीर बनाऊ उन्होंने कहना मेरे डेरे ते ही रोटी खान मैं अपना जीवन सफला करना चाहनी हां चंगा कह दूंगी जी बाकी उन्हां दी इच्छा नाले खीर पतीले च ना बनायो देगे च बनायो ता बाले खुले ने खान पीन लई बहुत ही ताकत होनी है कल मलन की मैं ऐसा खूच डिग पी सिंगा तो फड़ के बाहर कढ़ती वो भी हाथ नाल है मैं मर गई इन्नी ताकत
ਲੈ ਹੋਰ ਸੁਣ ਲਾ, ਅੱਜ ਤੜਕੇ ਉਹ ਗਲੀ 'ਚ ਟਰੱਕ ਖੜਾ ਸੀ ਵਿੱਕਰ ਉਹਨਾਂ ਦਾ, ਕਾਲੇ ਨੇ ਰੇੜਾ ਲੰਘਾਉਣਾ ਸੀ, ਖੁਰਪੇ ਨਾਲ ਟਰੱਕ ਚੱਕ ਕੇ ਦੂਈ ਗਲੀ 'ਚ ਧਰਤਾ। ਲੈ ਹੁਣ ਤੂੰ ਕਿਹੜੇ ਖਿਆਲਾਂ 'ਚ ਖੋ ਗਈ? ਖੇਦੀ ਅੱਜ ਰੋਟੀ ਮੇਰੇ ਘਰੇ ਖਾਣ। ਦੇਖੋ ਕਿਵੇਂ ਮੋਟਰਸਾਈਕਲ ਨੂੰ ਤੂੜੀ ਵਾਲਾ ਗੱਡਾ ਬਣਾ ਰੱਖਿਆ। ਆ ਕੱਟੋ ਜਨਾਬ ਚਲਾਨ ਇਹਨਾਂ ਦਾ। ਕਿੱਧਰ ਨੂੰ ਬੁੱਥਾ ਚੱਕੀ ਆਉਂਦੇ ਓਏ ਸਾਲਿਓ, ਪੰਜ ਪੰਜ ਚੜੇ ਆਉਂਦੇ ਹੋ? ਇਹ ਤਾਂ ਛੇ ਵੀ ਖਿੱਚ ਲੈਂਦਾ। ਅੱਛਾ, ਤੇਰੇ ਛੇ ਖਿੱਚ ਲੈਂਦਾ, ਤੇਰੇ ਪਿਓ ਦਾ ਰਾਜ ਹੈ। ਵੇਖ ਓਏ ਕਿਵੇਂ ਸਾਲਿਆਂ ਨੇ ਫੈਸ਼ਨ ਬਣਾਇਆ ਹੈ। ਚਮੁੰਡਾ ਸ਼ਾਂਤੀ ਮਹਾਰਾਜ ਸ਼ਾਂਤੀ। ਓਏ ਗੁਪਤੇ, ਇਹ ਪਾਪੀ ਪੁਰਸ਼ ਮੇਰੀ ਤਾਰੀਫ ਕਰ ਰਿਹਾ ਇੱਕ ਬੇਇੱਜ਼ਤੀ। ਮੈਨੂੰ ਲੱਗ ਰਿਹਾ ਮਹਾਰਾਜ ਇਹ ਤੁਹਾਡੀ ਬੇਇੱਜ਼ਤੀ ਕਰ ਰਿਹਾ ਹੈ। ਇਹ ਬਹੁਤ ਹੀ ਘਟੀਆ ਕਿਸਮ ਦਾ ਇਨਸਾਨ ਹੈ, ਰਿਸ਼ਵਤ ਖੋਰ, ਗਨਗੋਰ ਪਾਪ ਮਹਾਰਾਜ, ਗਨਗੋਰ ਪਾਪ। ਉਹ ਨਾ ਜਨਾਬ, ਉਹ ਜਨਾਬ ਜਨਾਬ ਮਾਫੀ ਦੇ ਦਿਓ ਜੀ, ਅੱਗੇ ਤੋਂ ਨਹੀਂ ਚੜ੍ਹਦੇ ਜੀ, ਨਾਲੇ ਤਾਂ ਸਾਡੇ ਪ੍ਰਾਹੁਣੇ ਨੇ ਜੀ, ਸਾਡੇ ਗੈਸਟ ਆਏ ਹੋਏ ਨੇ ਜੀ। ਤਾਂ ਕੱਟੋ ਇਹਨਾਂ ਦੇ ਚਲਾਣ, ਤੇ ਤੂੰ ਮੈਨੂੰ ਲਸੰਸ ਵਿਖਾ ਓਏ। ਚਮੁੰਡਾ, ਇਹ ਪਾਪੀ ਪੁਰਸ਼ ਕੀ ਮੰਗ ਰਿਹਾ ਹੈ? ਮਹਾਰਾਜ ਇਹ ਕੋਈ ਵਸਤੂ ਮੰਗ ਰਿਹਾ ਹੈ। ਉਹ ਜਨਾਬ ਮਾਫੀ ਦੇ ਦਿਓ ਜੀ। ਦੇ ਦਿਓ ਤੁਹਾਨੂੰ ਮਾਫੀ, ਕੰਮ ਜੋ ਬੜੇ ਚੰਗੇ ਕਰਦੇ ਪਏ ਹੋ, ਮਾਫੀ ਦੇ ਦਿਓ। ਨਾ ਤੁਹਾਡੇ ਕੋਲ ਕਾਗਜ਼ ਹੈ, ਨਾ ਤੁਹਾਡੇ ਕੋਲ ਲਾਇਸੈਂਸ ਹੈ। ਲੈ ਜਾਓ ਇਹਨਾਂ ਨੂੰ ਥਾਣੇ, ਚੰਗੀ ਤਰ੍ਹਾਂ ਜਾ ਕੇ ਕਰੋ ਇਹਨਾਂ ਦੀ ਸੇਵਾ, ਦੇ ਦਿਓ ਇਹਨਾਂ ਨੂੰ ਮਾਫੀ। ਰੋਡੂ, ਥਾਣੇ ਲਿਜਾ ਕੇ ਸੇਵਾ ਹੋਵੇਗੀ? ਯਾਨੀ ਕਿ ਮਹਾਰਾਜ ਖੀਰ ਪ੍ਰਸਾਦ ਮਿਲੇਗਾ, ਖੀਰ ਪ੍ਰਸਾਦ। ਭੈਣ ਤੇਰੇ ਤਿਆ ਇਹ ਦੂਜੀ ਸੇਵਾ ਕਹਿੰਦੇ ਨੇ। ਅੱਛਾ ਅੱਛਾ, ਮਹਾਰਾਜ ਮੈਨੂੰ ਲੱਗਦਾ ਇਹ ਮਾਸਾਹਾਰੀ ਬੰਦੇ ਨੇ। ਓਏ ਇਹ ਚਿੱਤੜਾਂ ਤੇ ਪਪਟੇ ਲਾਉਣਗੇ। ਅੱਛਾ, ਮੈਂ ਦੇ ਕੇ ਕੰਮ ਨਵੇੜ, ਇਹ ਮਰਵਾ ਦੇਣਗੇ। ਕੀ ਕੁਸਰ ਮੁਸਰ ਕਰੀ ਜਾਂਦੇ ਓਏ? ਓ ਜਨਾਬ ਤੁਸੀਂ ਗੱਲ ਤਾਂ ਸੁਣੋ ਜੀ, ਤੁਸੀਂ ਐਂ ਕਰੋ, ਆਹ ਲਓ ਚਾਹ ਪਾਣੀ ਤੇ ਸਾਨੂੰ ਜਾਣ ਦਿਓ ਜੀ। ਕੀ ਕਰੀ ਜਾਣ ਦਿਆ ਤੂੰ? ਰੁਪਈਆ ਸੌ ਜਣੇ, ਪੰਜ ਤੇ ਰੁਪਈਆ ਸੌ, ਵੇਖ ਕਿੰਨੇ ਬੰਦੇ ਇਹ। ਲੈ ਜਾਓ ਫੜ ਕੇ ਉਹਨਾਂ ਥਾਣੇ, ਨਹੀਂ ਤਾਂ 500 ਰੁਪਈਆ ਲੱਗੂ। ਉਹ ਤੁਸੀਂ ਆਹ ਲਓ ਜੀ 500, ਸਾਡਾ ਖਿਹੜਾ ਛੱਡੋ। ਓਏ ਰੋਠੂ, ਇਹ ਕੀ ਕਰ ਰਿਹਾ? ਰਿਸ਼ਵਤ ਦੇ ਰਿਹਾ, ਪੈਸੇ ਲਏ ਬਿਨਾ ਨਹੀਂ ਛੱਡਦੇ ਭੈਣ ਦੇਣੇ ਦੇ ਉਰੇ। ਮਹਾਰਾਜ ਰਿਸ਼ਵਤ, ਮਹਾਪਾਪੀ ਪੁਰਸ਼, ਸ਼ੇਮ ਸ਼ੇਮ ਮਹਾਰਾਜ। ਚਮੁੰਡਾ, ਉਹ ਤੁਸੀਂ ਜੀ ਐਵੇਂ ਨਾ ਗਰਮ ਹੋ, ਇੱਥੇ ਤਾਂ ਰਿਸ਼ਵਤ ਦਿੱਤੇ ਦਿੱਤੇ ਬਿਨਾ ਕੋਈ ਕੰਮ ਨਹੀਂ ਹੁੰਦਾ। ਪੈਸੇ ਨਾਲ ਤਾਂ ਲੋਕ ਉਰੇ ਭਗਵਾਨ ਨੂੰ ਵੀ ਖਰੀਦ ਲੈਂਦੇ ਨੇ, ਉਹ ਨਾਲੇ ਇਹ ਵਿਚਾਰਾ ਰਿਸ਼ਵਤ ਲਊ ਗਈ ਜਦੋਂ ਇਹ ਆਪ ਰਿਸ਼ਵਤ ਦੇ ਕੇ ਭਰਤੀ ਹੋਇਆ ਹੋਇਆ। ਓਏ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਮੈਂ ਰਿਸ਼ਵਤ ਦੇਣ ਤੇ ਲੈਣ ਵਾਲਿਆਂ ਨਾਲ ਉੱਪਰ ਜਾ ਕੇ ਬਹੁਤ ਭੈੜੀ ਕਰਦਾ। ਜਨਾਬ ਹੁਣ ਤਾਂ ਅਸੀਂ ਤੁਹਾਡਾ ਢਿੱਡ ਭਰਤਾ ਜੀ, ਹੁਣ ਤਾਂ ਪੰਜੇ ਚੜ੍ਹ ਕੇ ਵਗ ਜਾਈਏ। ਉਹ ਪੰਜ ਛੱਡ ਕੇ ਛੇ ਚੜ੍ਹ ਜਾਉਣ ਤਾਂ ਸ਼ੇਰੋ, ਨਾਲੇ ਤੁਹਾਡਾ ਹੀ ਨਾਕਾ ਹੈ, ਆਉਂਦੇ ਜਾਂਦੇ ਰਿਹਾ ਜੇ। ਠੀਕ ਹੈ ਜੀ, ਚਲੋ ਬਈ ਚਮੁੰਡਾ। ਜੀ ਮਹਾਰਾਜ। ਮਹਾਰਾਜ ਮੇਰਾ ਜਾਣ ਨੂੰ ਬਿਲਕੁਲ ਦਿਲ ਨਹੀਂ ਕਰਦਾ, ਰੋਡੂ ਹੋਰਾਂ ਬਗੈਰ ਮੇਰਾ ਜੀ ਨਹੀਂ ਲੱਗਣਾ। ਓਏ ਜੀ ਤਾਂ ਮੇਰਾ ਵੀ ਨਹੀਂ ਕਰਦਾ ਗੁਪਤੇ, ਪਰ ਹੁਣ ਜਾਣਾ ਤਾਂ ਪੈਣਾ ਹੀ ਹੈ। ਪੁੱਛਰੋ ਵੀ ਵਿਚਾਰੀ ਅੰਦਰ ਵੜ ਕੇ ਰੋ ਰਹੀ ਹੈ ਮਹਾਰਾਜ। ਗੁਪਤੇ ਮੈਂ ਉਹਨੂੰ ਬੜਾ ਸਮਝਾਇਆ ਪਰ ਉਹ ਸਮਝਦੀ ਹੀ ਨਹੀਂ। ਲਓ ਮਹਾਰਾਜ ਤੁਹਾਡੇ ਪਸੰਦ ਦੀਆਂ ਫਿਲਮਾਂ ਜੀ। ਮਹਾਰਾਜ ਮੈਂ ਸਾਰੇ ਦੇਵੀ ਦੇਵਤਿਆਂ ਨੂੰ ਵਿਖਾਵਾਂਗਾ ਇੰਦਰ ਦੇ ਅਖਾੜੇ ਵਿੱਚ ਕਿਹੜੀਆਂ ਇਹੋ ਜਿਹੀਆਂ ਪਰੀਆਂ ਨੇ, ਜਦੋਂ ਐਸ਼ਵਰੀਆ ਰਾਏ ਦੀਆਂ ਫਿਲਮਾਂ ਵਿਖਾਈਆਂ ਸਭ ਕੁਝ ਭੁੱਲ ਜਾਣਗੇ, ਮਾਧਰੀ ਦੀ ਤਾਂ ਪੱਕਾ ਹੀ ਆਸ਼ਕ ਹੋ ਜੂ। ਆਏ ਦਿਲ ਮੰਗੇ ਮੋਰ। ਆ ਲਓ ਮਹਾਰਾਜ ਰੋਟੀ, ਰਸਤੇ ਵਿੱਚ ਭੁੱਖ ਲੱਗੂਗੀ, ਸਾਤੋਂ ਨਿਮਾਣਿਆਂ ਤੋਂ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਮਹਾਰਾਜ। ਬੇਟੀ ਤੇਰੇ ਹੱਥ ਦਾ ਬਣਾਇਆ ਸਰੋਂ ਦਾ ਸਾਗ, ਮੱਕੀ ਦੀ ਰੋਟੀ, ਮੱਖਣ, ਲੱਸੀ, ਪੁਦੀਨੇ ਦੀ ਚਟਨੀ ਸਾਨੂੰ ਕਦੇ ਨਹੀਂ ਭੁੱਲਣੀ, ਤੇ ਆ ਇੰਨੇ ਸੋਹਣੇ ਕੱਪੜੇ ਤੂੰ ਆਪਣੇ ਹੱਥੀ ਸੀਤੇ ਨੇ। ਇਹ ਕੀ ਗੱਲ ਭਗਤਾ, ਤੂੰ ਹਲੇ ਤੱਕ ਤਿਆਰ ਨਹੀਂ ਹੋਇਆ, ਤੂੰ ਜਾਣਾ ਨਹੀਂ? ਮੈਂ ਕੀ ਕਰੂੰਗਾ, ਨਾ ਮੇਰਾ ਜਾਏ ਬਿਨਾ ਸਰਦਾ ਨਹੀਂ, ਮੈਂ ਨਹੀਂ ਜਾਂਦਾ ਜੁੰਦਾ ਹੈਗਾ। ਵੇਖ ਧਰਤੀ ਇੱਧਰ ਤੋਂ ਉੱਧਰ ਘੁੰਮ ਸਕਦੀ ਹੈ ਪਰ ਤੈਨੂੰ ਸਾਡੇ ਨਾਲ ਜਾਣਾ ਹੀ ਪਵੇਗਾ। ਮਹਾਰਾਜ ਆ ਖੋਏ ਦੀਆਂ ਪਿੰਨੀਆਂ ਮੈਂ ਆਪਣੇ ਹੱਥੀਂ ਬਣਾਈਆਂ ਨੇ, ਤੁਹਾਨੂੰ ਅੰਬ ਦਾ ਅਚਾਰ ਬਹੁਤ ਪਸੰਦ ਹੈ ਨਾ, ਆ ਅੰਬ ਦਾ ਅਚਾਰ ਵੀ ਹੈ। ਅਸੀਂ ਤੇਰੀ ਸੇਵਾ ਤੋਂ ਬੜੇ ਪ੍ਰਸੰਨ ਹੋਏ ਹਾਂ, ਮੰਗ ਧੀਏ ਮੰਗ ਜੋ ਮੰਗਣਾ। ਮਹਾਰਾਜ
ਜਦ ਧੀ ਬਣਾ ਲਿਆ ਫਿਰ ਹੋਰ ਕੀ ਮੰਗਾਂ। ਧੀਆਂ ਤਾਂ ਮਾਪਿਆਂ ਤੋਂ ਮੰਗਦੀਆਂ ਨਹੀਂ ਥੱਕਦੀਆਂ ਤੇ ਮਾਪੇ ਦਿੰਦੇ ਨਹੀਂ ਥੱਕਦੇ। ਧੀਏ ਮੰਗ। ਮਹਾਰਾਜ, ਔਰਤ ਨੂੰ ਸਭ ਤੋਂ ਪਿਆਰਾ ਉਸਦਾ ਸੁਹਾਗ ਹੁੰਦਾ। ਭਲਾ ਹੋਵੇ ਬੁਰਾ ਹੋਵੇ ਉਸਦਾ ਪਤੀ ਉਸ ਲਈ ਰੱਬ ਹੁੰਦਾ। ਮੈਨੂੰ ਮੇਰਾ ਸੁਹਾਗ ਵਾਪਸ ਕਰ ਦਿਓ ਮਹਾਰਾਜ, ਵਾਪਸ ਕਰ ਦਿਓ। ਇਹ ਕਦੇ ਨਹੀਂ ਹੋ ਸਕਦਾ ਧੀਏ। ਹੇ ਤੂੰ ਕੀ ਮੰਗ ਲਿਆ ਸਾਡੇ ਕੋਲੋਂ? ਕੁਝ ਵੀ ਹੋਵੇ ਇਹਨੂੰ ਤੇ ਸਾਡੇ ਨਾਲ ਜਾਣਾ ਹੀ ਪੈਣਾ। ਨਹੀਂ ਮਹਾਰਾਜ, ਸੁਲੋਚਨਾ ਵੀ ਤਾਂ ਆਪਣੇ ਪਤੀ ਨੂੰ ਸਵਰਗਾਂ ਚੋਂ ਵਾਪਸ ਲੈ ਆਈ ਸੀ। ਮਹਾਰਾਜ, ਇੱਕ ਪਤੀ ਵਰਤਾ ਔਰਤ ਦਾ ਵਿਸ਼ਵਾਸ ਨਾ ਤੋੜੋ। ਮੈਂ ਵੀ ਇੱਥੇ ਆ ਕੇ ਤੇਰਾ ਫੇਰੀ ਕਰਨੀ ਸਿੱਖ ਗਿਆ। ਮੈਂ ਆਪੇ ਕਾਗਜ਼ ਇੱਧਰ ਉੱਧਰ ਕਰਕੇ ਕਿਸੇ ਹੋਰ ਦੀ ਉਮਰੇ ਨੂੰ ਲਾ ਦੂੰ। ਮਹਾਰਾਜ, ਤੁਹਾਡੇ ਹੱਥ ਵਿੱਚ ਸਭ ਕੁਝ ਹੈ ਜੀ। ਮਹਾਰਾਜ, ਤੁਸੀਂ ਕੀ ਨਹੀਂ ਕਰ ਸਕਦੇ? ਤੁਹਾਡੀ ਉੱਪਰ ਕਿੰਨੀ ਚੱਲਦੀ ਹੈ, ਭੈਣ ਤਰਨੇ ਦਾ ਜਣਾ ਖਣਾ ਤੋਂ ਡਰਦਾ। ਹਾਂਜੀ ਮਹਾਰਾਜ, ਤੁਸੀਂ ਤਾਂ ਪਰਲੋਕ ਦੇ ਮਾਲਕ ਹੋ ਜੀ, ਤੁਸੀਂ ਕੀ ਨਹੀਂ ਕਰ ਸਕਦੇ ਜੀ। ਇਸ ਪ੍ਰਿਥਵੀ 'ਤੇ ਪੈਸਿਆਂ ਦੀ ਰਿਸ਼ਵਤ ਚੱਲਦੀ ਹੈ, ਪਰ ਤੁਸੀਂ ਸਾਰਿਆਂ ਨੇ ਮੈਨੂੰ ਪਿਆਰ ਦੀ ਰਿਸ਼ਵਤ ਨਾਲ ਖਰੀਦ ਲਿਆ। ਜਾ ਬੇਟੀ, ਤੂੰ ਸਦਾ ਸੁਹਾਗਣ ਰਹੇ। ਚਲੋ ਵੀ ਮੁੰਡਿਓ, ਬੇਦਾ ਕਰੀਏ। ਪਿੰਡ ਵਾਸੀਓ, ਸੱਚਮੁੱਚ ਹੀ ਪਿੰਡਾਂ 'ਚ ਰੱਬ ਦਾ ਵਾਸਾ ਹੈ। ਇੱਥੇ ਆ ਕੇ ਦੇਖਿਆ ਕਿਵੇਂ ਲੋਕ ਇੱਕ ਦੂਜੇ ਦੇ ਦੁੱਖ ਸੁੱਖ ਵੰਡਾਉਂਦੇ ਨੇ। ਅਸੀਂ ਪਿਆਰ ਬਾਰੇ ਕੁਝ ਨਹੀਂ ਸੀ ਜਾਣਦੇ, ਇੱਥੇ ਆ ਕੇ ਸਾਨੂੰ ਪਿਆਰ ਦੀ ਪਰਿਭਾਸ਼ਾ ਸਮਝ ਆਈ ਹੈ। ਮੈਂ ਸਦਾ ਰਿਣੀ ਰਹਾਂਗਾ ਕਹਿਲੇ ਬੁੜੇ ਦੀ ਫੈਮਿਲੀ ਦਾ, ਜਿਹਨੇ ਸਾਡੀ ਅਤਿਅੰਤ ਸੇਵਾ ਕੀਤੀ ਅਤੇ ਸਾਡੀ ਧਰਮ ਦੀ ਧੀ ਸਿੰਦਰ, ਇਹਨੇ ਤਾਂ ਦਿਨ ਰਾਤ ਸੌਂ ਕੇ ਵੀ ਨਹੀਂ ਦੇਖਿਆ, ਬਸ ਸਾਡੀ ਸੇਵਾ 'ਚ ਲੱਗੀ ਰਹੀ ਹੈ। ਇਹ ਫੈਮਿਲੀ ਲੱਗਦਾ ਹੁਣ ਸੁਧਰ ਜਾਏਗੀ। ਨਹੀਂ ਮਹਾਰਾਜ, ਮੈਨੂੰ ਪਤਾ ਮੇਰੀ ਫੈਮਿਲੀ ਕਦੇ ਨਹੀਂ ਸੁਧਰਨੀ। ਹਾਂ, ਕੋਸ਼ਿਸ਼ ਜ਼ਰੂਰ ਕਰੂਗੀ। ਮਹਾਰਾਜ, ਤੁਸੀਂ ਐਂ ਦੱਸੋ, ਇਹ ਬੰਦਾ ਆਪਦੇ ਆਪ ਨੂੰ ਕੈਲਾ ਬੁੜਾ ਸਮਝਦਾ, ਇਹ ਹੈ ਕੌਣ? ਕੈਲਾ ਬੁੜਾ ਤਾਂ ਮਰ ਚੁੱਕਿਆ ਹੈ, ਉਹਦਾ ਕਤਲ ਹੋਇਆ ਮਹਾਰਾਜ। ਹਾਂ ਮਹਾਰਾਜ, ਪਿੰਡ ਦਾ ਕੋਈ ਬੰਦਾ ਵੀ ਇਹ ਮੰਨਣ ਨੂੰ ਤਿਆਰ ਨਹੀਂ ਵੀ ਮੈਂ ਕੈਲਾ ਬੁੜਾ। ਖੁਦ ਮੇਰੀ ਗੰਦੀ ਲਾਲ ਨਹੀਂ ਮੰਨਦੀ, ਪਰ ਹੁਣ ਮੰਨਣਗੇ। ਜਦੋਂ ਪਾਪਾਂ ਦਾ ਘੜਾ ਭਰ ਜਾਵੇ ਤਾਂ ਉਹ ਡੁੱਲ ਜਾਂਦਾ। ਇਹਦੇ ਪਾਪ ਹੁਣ ਇੰਨੇ ਵੱਧ ਗਏ ਸਨ, ਇਹਨੂੰ ਮਰਨਾ ਹੀ ਪੈਣਾ ਸੀ। ਮੈਨੂੰ ਨਿੱਕੇ ਨਿੱਕੇ ਬੱਚਿਆਂ ਨੇ ਮਜਬੂਰ ਕੀਤਾ, ਇਹਦੇ ਸਰੀਰ 'ਚ ਮੈਨੂੰ ਕੈਲੇ ਬੁੜੇ ਦੀ ਆਤਮਾ ਪਾਉਣੀ ਪਈ। ਐਂ ਕਿਵੇਂ ਹੋ ਸਕਦਾ ਜੀ? ਇਸ ਤਰ੍ਹਾਂ ਹੋ ਤਾਂ ਨਹੀਂ ਸਕਦਾ, ਪਰ ਬੱਚੇ ਰੱਬ ਦਾ ਰੂਪ ਹੁੰਦੇ ਨੇ, ਕਈ ਵਾਰ ਇਹਨਾਂ ਦੀ ਮੰਨਣੀ ਪੈਂਦੀ ਹੈ। ਸੋ ਇਹੀ ਕੈਲਾ ਬੁੜਾ ਹੈ। ਮਹਾਰਾਜ, ਇਹ ਤਾਂ ਸਾਨੂੰ ਜਾਲੀ ਜਿਹਾ ਪਿਓ ਲੱਗਦਾ ਜੀ। ਮੰਨਣ ਨੂੰ ਦਿਲ ਤਾਂ ਨਹੀਂ ਕਰਦਾ, ਪਰ ਤੁਹਾਡਾ ਹੁਕਮ ਸਿਰ ਮੱਥੇ ਜੀ। ਮਹਾਰਾਜ, ਮਹਾਰਾਜ, ਬੜੀ ਦੂਰ ਤੋਂ ਆਈ ਆ ਮੈਂ ਮਹਾਰਾਜ, ਮੇਰਾ ਪੁੱਤ ਮੈਨੂੰ ਵਾਪਸ ਕਰੋ ਮਹਾਰਾਜ। ਮੁਰਾਦਾ ਮੰਗ ਮੰਗ ਕੇ ਲਿਆ ਸੀ ਮੈਂ ਪੁੱਤ, ਤੁਸੀਂ ਉਸ ਨੂੰ ਲੈ ਗਏ, ਉਸ ਨੇ ਕੋਈ ਪਾਪ ਨਹੀਂ ਕੀਤਾ ਸੀ ਮਹਾਰਾਜ, ਬੜਾ ਭੋਲਾ ਸੀ ਮੇਰਾ ਨਾਮ। ਤੇਰੇ ਪੁੱਤਰ ਨੇ ਬੜੇ ਪਾਪ ਕੀਤੇ ਸੀ ਮਾਈ ਪਿਛਲੇ ਜਨਮ 'ਚ? ਜੀ ਮੈਂ ਪਿਛਲੇ ਜਨਮ 'ਚ ਕੋਈ ਪਾਪ ਕੀਤਾ ਸੀ? ਨਹੀਂ, ਤੂੰ ਕੋਈ ਪਾਪ ਨਹੀਂ ਕੀਤਾ ਸੀ। ਫਿਰ ਮੈਨੂੰ ਕਿਸ ਜਨਮ ਦੀ ਸਜ਼ਾ ਮਿਲ ਰਹੀ ਹੈ? ਇਸ ਜਨਮ 'ਚ ਮੈਂ ਰੱਬ ਦਾ ਬੜਾ ਸਿਮਰਨ ਕੀਤਾ, ਕੋਈ ਪਾਪ ਨਹੀਂ ਕੀਤਾ ਮੈਂ। ਇਸੇ ਲਈ ਫਿਰ ਤੈਨੂੰ ਕੋਈ ਸਜ਼ਾ ਨਹੀਂ ਮਿਲੀ ਮਾਈ? ਵਾਹ, ਜੀ ਦਾ ਕੱਲਾ ਗੱਭਰੂ ਪੁੱਤ ਮਰ ਜੇ, ਉਹ ਮਾਂ ਨਾ ਚਾਹੁੰਦਿਆਂ ਹੁੰਦੀ ਆ ਨਾ ਮੋਇਆ, ਮੈਂ ਤਾਂ ਰੋ ਰੋ ਕੇ ਅੰਨੀ ਹੋ ਗਈ। ਮੇਰੇ ਬੁਢਾਪੇ ਦਾ ਸਹਾਰਾ ਤੁਸੀਂ ਖੋ ਲਿਆ, ਘਰ 'ਚ ਕੱਲਾ ਹੀ ਕਮਾਉਣ ਵਾਲਾ ਸੀ ਮੇਰਾ ਪੁੱਤ, ਮੈਂ ਬੁਰਕੀ ਬੁਰਕੀ ਨੂੰ ਤਰਸ ਰਹੀ ਹਾਂ, ਦਰ ਦਰ ਦੀਆਂ ਠੋਕਰਾਂ ਖਾ ਰਹੀ ਹਾਂ, ਇਹ ਕੋਈ ਸਜ਼ਾ ਨਹੀਂ ਮਹਾਰਾਜ। ਮਹਾਰਾਜ, ਇਹ ਕੀ ਪਾਪ ਕੋਈ ਹੋਰ ਕਰੇ ਤੇ ਸਜ਼ਾ ਕੋਈ ਹੋਰ ਭੁਗਤੇ? ਇਹ ਕੈਸੇ ਦਸਤੂਰ ਨੇ ਤੁਹਾਡੇ? ਇਹ ਲੋਕ ਪਿਛਲੇ ਜਨਮਾਂ ਨੂੰ ਨਹੀਂ ਜਾਣਦੇ ਮਹਾਰਾਜ। ਧਰਮ ਦੇ ਨਾਂ 'ਤੇ ਦੰਗੇ ਕਰਾਉਣ ਵਾਲੇ
ਹਜ਼ਾਰਾਂ ਜਾਨਾਂ ਲੈ ਕੇ ਵੀ ਸੁੱਖ ਦੀ ਜ਼ਿੰਦਗੀ ਬਤੀਤ ਕਰਦੇ ਨੇ। ਧੀਆਂ ਨੂੰ ਜੰਮਣ ਤੋਂ ਪਹਿਲਾਂ ਮਾਰਿਆ ਜਾਂਦਾ, ਦਾਜ ਪਿੱਛੇ ਜਿਉਂਦੀਆਂ ਧੀਆਂ ਨੂੰ ਤੇਲ ਪਾ ਕੇ ਸਾੜਿਆ ਜਾਂਦਾ ਜੀ। ਮਹਾਰਾਜ, ਜੋ ਇਸ ਜਨਮ ਵਿੱਚ ਪਾਪ ਕਰਦਾ ਹੈ ਉਹਦੀ ਸਜ਼ਾ ਇਸੇ ਜਨਮ 'ਚ ਮਿਲਣੀ ਚਾਹੀਦੀ ਹੈ। ਬਸ ਚੇਤਿਆ, ਬਸ ਹੁਣ ਤੁਸੀਂ ਮੇਰੀਆਂ ਅੱਖਾਂ ਖੋਲ ਦਿੱਤੀਆਂ। ਜੋ ਮਨੁੱਖ ਪਾਪ ਕਰੇਗਾ ਉਹਦੀ ਸਜ਼ਾ ਉਹਨੂੰ ਇਸੇ ਜਨਮ 'ਚ ਮਿਲਿਆ ਕਰੇਗੀ। ਜੋ ਕਿਸੇ ਦਾ ਭਲਾ ਕਰੇਗਾ ਉਹਦਾ ਫਲ ਵੀ ਉਹਨੂੰ ਇਸੇ ਜਨਮ 'ਚ ਮਿਲਿਆ ਕਰੇਗਾ। ਪਰ ਇੱਕ ਗੱਲ ਯਾਦ ਰੱਖਿਓ, ਮਰਨਾ ਅਟਲ ਸੱਚਾਈ ਹੈ ਤੇ ਜਿਉਣਾ ਝੂਠ ਹੈ। ਪਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਜੋ ਲੋਕ ਦੂਜਿਆਂ ਦੀ ਮਦਦ ਕਰਦੇ ਨੇ। ਭੈਣ ਦੇਣੇ ਦਿਓ, ਸਾਡਾ ਜੀ ਨਹੀਂ ਲੱਗਣਾ, ਬਹੁਤ ਯਾਦ ਆਉਂਗੇ। ਡੋਂਟ ਵੈਰੀ ਬੀ ਹੈਪੀ, ਟੇਕ ਆਫ ਹੌਸਲਾ ਫੋਟੋ ਸਟੇਟ ਮਾਈ ਸਨ। ਮੇਰਾ ਵੀ ਦਿਲ ਨਹੀਂ ਲੱਗਣਾ ਤੁਹਾਡੇ ਬਿਨਾਂ। ਦੇਖਿਓ ਆੜੀਓ, ਭੁੱਲ ਨਾ ਜਾਇਓ। ਮੈਂ ਤੁਹਾਨੂੰ ਦੋਨਾਂ ਨੂੰ ਕਦੇ ਨਹੀਂ ਭੁੱਲ ਸਕਦਾ, ਕਦੇ ਨਹੀਂ ਭੁੱਲ ਸਕਦਾ। ਮਹਾਰਾਜ, ਜੇ ਸਾਡੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰ ਦਿਓ। ਪਿੰਡ ਵਾਸੀਓ, ਸਾਰੇ ਮਿਲ ਕੇ ਰਹੋ, ਏਕਤਾ ਵਿੱਚ ਬਹੁਤ ਬਰਕਤ ਹੈ। ਸੋ ਜਦੋਂ ਕਦੇ ਵੀ ਇਕੱਲੇ ਬੁੜੇ ਦੀ ਫੈਮਿਲੀ 'ਤੇ ਭੀੜ ਪਵੇਗੀ, ਮੈਨੂੰ ਯਾਦ ਕਰਿਓ, ਮੈਂ ਜ਼ਰੂਰ ਆਵਾਂਗਾ, ਜ਼ਰੂਰ ਆਵਾਂਗਾ। ਬਸ 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 ਗੁਪਤੇ, ਬਸ ਬਸ ਜਾਣਾ ਪੈ, ਬਸ। ਚਿੱਠੀ ਤਾਂ ਬਾਹਰੋਂ ਆਈ ਹੈ, ਉਹ ਦੇਖ ਲੈ ਕਿਤੇ ਵਿੱਚੋਂ ਮੇਵੇ ਨਾ ਨਿਕਲ ਆਵੇ। ਚੁੱਪ ਕਰ। ਹੈਂ, ਫਰੋਮ ਜੋਗਾ ਸਿੰਘ ਜਗਾੜੀ, ਪਿਆਰੇ ਦੋਸਤ ਕਹਿਲੇ, ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ, ਅੱਗੇ ਸਮਾਚਾਰ ਇਹ ਹੈ ਕਿ ਮੈਂ ਇੰਡੀਆ ਆ ਰਿਹਾ। ਮੈਂ ਇੱਕ ਅਜਿਹੀਆਂ ਗੋਲੀਆਂ ਤਿਆਰ ਕੀਤੀਆਂ ਨੇ ਜੋ ਬੁੱਢੇ ਨੂੰ ਜਵਾਨ ਤੇ ਜਵਾਨ ਨੂੰ ਬੁੱਢਾ, ਬੰਦੇ ਨੂੰ ਜਨਾਨੀ ਤੇ ਬੰਦੇ ਦਾ ਕੁੱਤਾ ਗਧਾ ਵੀ ਬਣਾ ਦਿੰਦੀਆਂ ਨੇ। ਬੱਲੇ ਬੱਲੇ, ਸੋ ਮੈਂ ਇਹ ਐਕਸਪੈਰੀਮੈਂਟ ਕਰਨ ਆ ਰਿਹਾ ਇੰਡੀਆ। ਮੇਰਾ ਇੰਡੀਆ 'ਚ ਹੋਰ ਕੋਈ ਨਹੀਂ, ਮੈਂ ਤੇਰੇ ਘਰ ਹੀ ਰਹਾਂਗਾ। ਮੇਰੀ ਫਲੈਟ ਤੀਨੂੰ ਹੈ। ਬੱਲੇ, ਮੇਰੇ ਵੱਲੋਂ ਤੇਰੀ ਫੈਮਿਲੀ ਨੂੰ ਸਤਿ ਸ੍ਰੀ ਅਕਾਲ ਤੇ ਬੱਚਿਆਂ ਨੂੰ ਪਿਆਰ। ਓਏ ਮੁੰਡਿਓ, ਆ ਰਿਹਾ ਮੇਰਾ ਆੜੀ ਜੋਗਾ ਸਿੰਘ ਜਗਾੜੀ।